ਵਿੰਗੇ ਟੇਡੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ ਵਿੰਗੇ ਟੇਡੇ ਮੋੜ ਆਉਣਗੇ ਪੈਰਾਂ ਥੱਲੇ ਰੋੜ ਆਉਣਗੇ ਧੁੱਪਾਂ ਦੇਖ ਕੇ ਡਰਨਾ ਜਾਵੀਂ ਅੱਗੇ ਸੰਘਣੇ ਬੋੜ ਆਉਣਗੇ ਹਰ ਕੋਈ ਹਮਰਾਜ ਨਹੀਂ ਬਣਦਾ ਰਾਹ ਵਿੱਚ ਲੋਕ ਕਰੋੜ ਆਉਣਗੇ ਕੁਝ ਦੁੱਖਾਂ ਵਿੱਚ ਨਾਲ ਖੜਨਗੇ ਅਤੇ ਕੁਝ ਪੈਗੀ ਤੇ ਲੋੜ ਆਉਣਗੇ ਕੁਝ ਦੁੱਖਾਂ ਵਿੱਚ ਨਾਲ ਖੜਨਗੇ ਕੁਝ ਪੈਗੀ ਤੇ ਲੋੜ ਆਉਣਗੇ ਬਹੁਤ ਹੀ ਵਧੀਆ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਦ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਨਾਂ ਦੇ ਵਿੱਚ ਅਖੀਰਲੀ ਲਾਈਨ ਜਿਹੜੀ ਆ ਕੁਝ ਦੁੱਖਾਂ ਵਿੱਚ ਨਾਲ ਖੜਨਗੇ ਅਤੇ ਕੁਝ ਪੈ ਗਈ ਅਤੇ ਲੋੜ ਆਉਣਗੇ ਮੇਰੇ ਖਿਆਲ ਕੁਝ ਦੁੱਖਾਂ ਵਿੱਚ ਨਾਲ ਖੜਨਗੇ ਵਾਲੇ ਅੱਜ ਕੱਲ੍ਹ ਘੱਟ ਹੈ ਲੋੜ ਪਈ ਤੋਂ ਆਉਣ ਵਾਲੇ ਬਾਹਲੇ ਨੇ ਔਰ ਇਹ ਗੱਲ ਆਪਾਂ ਭਲੀ ਭਾਤ ਜਾਣਦੇ ਹਾਂ ਪਹਿਲੇ ਸਮਿਆਂ ਦੇ ਵਿੱਚ ਇਹ ਚੀਜ਼ ਨਹੀਂ ਸੀ ਪਰ ਅੱਜ ਕੱਲ੍ਹ ਤਕਰੀਬਨ ਤਕਰੀਬਨ ਜਿਹੜਾ ਕੰਮ ਹੈ ਰਿਸ਼ਤੇਦਾਰੀ ਹੈ ਦੋਸਤ ਮਿੱਤਰ ਨੇ ਭੈਣ ਭਰਾ ਨੇ ਉਹ ਲੋੜ ਤੱਕ ਹੀ ਸੀਮਿਤ ਰਹਿ ਗਏ ਨੇ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਫੋਨ ਕਰ ਲੈਂਦੇ ਆ ਅਦਰਵਾਈਜ਼ ਤਾਂ ਜਿਵੇਂ ਹੈਗਾ ਉਵੇਂ ਚੱਲੀ ਜਾਂਦਾ ਸਿਹਤ ਬਾਰੇ ਅਸੀਂ ਬੜੀ ਦੇਰ ਹੋ ਗਈ ਹੈ ਡਾਕਟਰ ਨਵਦੀਪ ਸ਼ਰਮਾ ਸਾਡੇ ਪ੍ਰੋਗਰਾਮ ਦੇ ਵਿੱਚ ਮੇਰੇ ਪ੍ਰੋਗਰਾਮ 'ਚ ਆਉਂਦੇ ਸੀਗੇ ਅਤੇ ਬਹੁਤ ਪਿਛਲੇ ਸਮੇਂ ਤੋਂ ਨਹੀਂ ਆਏ ਉਹ ਅਤੇ ਸਾਨੂੰ ਬਹੁਤ ਸਾਰੇ ਫੋਨ ਆਏ ਕਾਲਾਂ ਆਈਆਂ ਵੀ ਡਾਕਟਰ ਨਵਦੀਪ ਸ਼ਰਮਾ ਕਿਉਂ ਨਹੀਂ ਆਉਂਦੇ ਤੁਹਾਡੇ ਪ੍ਰੋਗਰਾਮ 'ਚ ਅਸੀਂ ਬਹੁਤ ਸਾਰੀਆਂ ਗੱਲਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਸਿਹਤ ਬਾਰੇ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਸੋ ਤੁਸੀਂ ਆਪਣੀ ਕੋਈ ਵੀ ਗੱਲ ਕਰਨੀ ਹੋਵੇ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਸਿਹਤ ਨਾਲ ਸੰਬੰਧਿਤ ਆਯੁਰਵੇਦ ਦੇ ਮਾਹਰ ਨੇ ਜਿਵੇਂ ਅਸੀਂ ਗੱਲ ਕਰੀਦੀ ਹੈ ਔਰ 300 ਤੋਂ ਉੱਪਰ ਇਹਨਾਂ ਦੇ ਸੈਂਟਰ ਨੇ ਇੱਥੇ ਔਰ ਕਾਲਜ ਨੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਇਹਨਾਂ ਨੇ PhD ਕੀਤੀ ਹੋਈ ਆ ਆਯੁਰਵੇਦ ਦੇ ਵਿੱਚ ਅਤੇ ਉਹ ਰਿਪੋਰਟ ਜਿਹੜਾ ਸਾਡਾ ਘਰੇਲੂ ਹੁੰਦਾ ਸੀ ਜਿਵੇਂ ਗੱਲ ਕਰ ਲਈ ਅੱਜ ਕੱਲ੍ਹ ਆਇਆ ਹੋਇਆ ਸਾਡੇ ਵੀ ਦੁਬਾਰਾ ਉਹਦੀ ਜ਼ਿਆਦਾ ਗੱਲ ਕਰਦੇ ਨੇ ਅਤੇ ਦਵਾਈ ਵੀ ਤੁਸੀਂ ਇਹਨਾਂ ਕੋਲ ਮੰਗਾ ਸਕਦੇ ਹੋ ਅਗਰ ਜ਼ਰੂਰਤ ਸਮਝੋ ਅਤੇ ਅਦਰਵਾਈਜ਼ ਤੁਸੀਂ ਸਵਾਲ ਕਰਕੇ ਫੋਨ ਕਰਕੇ ਆਪਣਾ ਸਵਾਲ ਜ਼ਰੂਰ ਰੱਖ ਸਕਦੇ ਹੋ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਜਸ ਪੰਜਾਬੀ ਦੀ ਸਾਰੀ ਟੀਮ ਅਤੇ ਵੀਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਪਹਿਲਾਂ ਧੰਨਵਾਦ ਜੀ ਤੁਹਾਡਾ ਕਾਫੀ ਲੰਬੇ ਸਮੇਂ ਤੋਂ ਬਾਅਦ ਅੱਜ ਦੁਬਾਰਾ ਤੁਹਾਡੇ ਦਰਸ਼ਨ ਹੋ ਰਹੇ ਆ ਔਰ ਸਾਡੇ ਦਰਸ਼ਕ ਉਡੀਕਦੇ ਸੀ ਉਤਾਵਲੇ ਸੀ ਕਹਿੰਦੇ ਸੀਗੇ ਜੀ ਵੀ ਡਾਕਟਰ ਸਾਹਿਬ ਜਿਹੜੇ ਹੈਗੇ ਨੇ ਉਹ ਆਉਂਦੇ ਨੇ ਕੀ ਗੱਲ ਅੱਜ ਕੱਲ੍ਹ ਗੱਲਾਂ ਬਹੁਤ ਵਧੀਆ ਕਰਦੇ ਹੁੰਦੇ ਸੀਗੇ ਅਤੇ ਵੀ ਜੇ ਕਿ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੁੰਦੀ ਸੀਗੀ ਤਾਂ ਉਹਨਾਂ ਨੂੰ ਫਿਰ ਅਸੀਂ ਨੰਬਰ ਤੁਹਾਡਾ ਦੇ ਦਿੰਦੇ ਸੀਗੇ ਹੋ ਸਕਦਾ ਕਾਲ ਆਈ ਵੀ ਹੋਵੇ ਅਤੇ ਪਹਿਲਾਂ ਦੱਸੋ ਠੀਕ ਠਾਕ ਜੀ ਸਭ ਕੀ ਮਾਹੌਲ ਇੰਡੀਆ ਦਾ ਨਹੀਂ ਜੀ ਇੰਡੀਆ 'ਚ ਹੁਣ ਵਧੀਆ ਇਸ ਵੇਲੇ ਸਾਰੀ ਚੀਜ਼ਾਂ ਚੱਲ ਰਹੀਆਂ ਬਿਜ਼ਨਸ ਵਗੈਰਾ ਸਭ ਬੈਕ ਟੂ ਨੋਰਮਲ ਨੇ ਅੱਛਾ ਥੋੜ੍ਹਾ ਪੋਲੀਟੀਕਲ ਪ੍ਰੋਬਲਮਸ ਵਗੈਰਾ ਚੱਲ ਰਹੀਆਂ ਨੇ ਉਹ ਰੂਟੀਨ 'ਚ ਚੱਲਦੀਆਂ ਰਹਿੰਦੀਆਂ ਨੇ ਅਦਰਵਾਈਜ਼ ਸਭ ਮਾਲਕ ਦੀ ਮਿਹਰ ਹੈ ਜੀ ਦਿਆ ਵੈ ਸਭ ਔਰ ਹੁਣ ਮੇਰੀ ਵੀ ਰੈਗੂਲੈਰਿਟੀ ਰਹੇਗੀ ਜੀ ਪਿੱਛੇ OPDs ਵਗੈਰਾ ਜ਼ਿਆਦਾ ਸੀ ਕੁਛ ਅਤੇ ਬਿਜ਼ੀ ਰਹੇ ਉਹਦੇ ਅੰਦਰ ਹੁਣ ਰੈਗੂਲਰ ਹੀ ਰਵਾਂਗਾ ਅਤੇ ਹੁਣ ਮੇਰੇ ਖਿਆਲ ਅਗਲੇ ਮਹੀਨੇ ਤੋਂ ਆਪਾਂ ਰੈਗੂਲਰ ਰਵਾਂਗੇ ਜੀ 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 ਚਲੋ ਬਹੁਤ ਚੰਗੀ ਗੱਲ ਹੈ ਜੀ ਅੱਛਾ ਡਾਕਟਰ ਸਾਹਿਬ ਅਸੀਂ ਵੱਖ ਵੱਖ ਵੈਸੇ ਤਾਂ ਚਲੋ ਜਿਹੜੇ ਦਰਸ਼ਕ ਕੋਈ ਕਾਲ ਕਰਨਗੇ ਉਹਨਾਂ ਦਾ ਸਵਾਲ ਹੋਏਗਾ ਉਹਦੇ ਜਵਾਬ ਦੇਵਾਂਗੇ ਪਰ ਨਾਲ ਦੀ ਨਾਲ ਅਗਰ ਅਸੀਂ ਸ਼ੁਰੂਆਤ ਗੱਲ ਕਰਨੀ ਹੋਵੇ ਤਾਂ ਕਰੀਏ ਤਾਂ ਸਾਡੇ ਮੈਨੂੰ ਨਾ ਉੱਥੇ ਸਵੇਰੇ ਸਵੇਰੇ ਮੈਂ ਸੈਰ ਕਰਦਾ ਸੀ ਸਾਡੇ ਘਰ ਕੋਲ ਅਤੇ ਉਹ ਲੱਗਦੀ ਨਹੀਂ ਸੀ ਲੇਡੀ ਪੰਜਾਬਣ ਪਰ ਉਹ ਸੀ ਪੰਜਾਬਣ ਬਾਹਲੀ ਉਮਰ ਵੀ ਬਾਹਲੀ ਨਹੀਂ ਸੀ ਅਤੇ ਉਹਨੇ ਪਛਾਣ ਕੇ ਗੱਲਬਾਤ ਸ਼ੁਰੂ ਹੋ ਗਈ ਤਾਂ ਜਿੱਦਾਂ ਹੱਥ ਉਹਦੇ ਬਹੁਤ ਕੰਬਦੇ ਸੀ ਇੱਦਾਂ ਅਤੇ ਜਿੱਦਾਂ ਆਪਾਂ ਵੀ ਅਕਸਰ ਦੇਖਿਆ ਘਰਾਂ ਦੇ ਵਿੱਚ ਵੀ ਦੇਖਿਆ ਕਈਆਂ ਦੇ ਉਹ ਇਹ ਹੱਥ ਕੰਬਦੇ ਰਹਿੰਦੇ ਨੇ ਬਜ਼ੁਰਗਾਂ ਦੇ ਹੱਥ ਕੰਬਦੇ ਰਹਿੰਦੇ ਨੇ ਕੋਈ ਚਾਹ ਫੜਨੀ ਹੋਵੇ ਚਾਹ ਚੂਹ ਫੜਦੇ ਫੁੜਦੇ ਮਤਲਬ ਕਈ ਵਾਰੀ ਤਾਂ ਉੱਪਰੇ ਡੁੱਲ ਜਾਂਦੀ ਆ ਇਹ ਕੀ ਚੀਜ਼ ਹੈ ਕਿਹੜੀ ਬਿਮਾਰੀ ਹੈ ਇਹ ਅਤੇ ਕਿੱਥੋਂ ਸ਼ੁਰੂ ਹੁੰਦੀ ਹੈ ਜੱਗੀ ਜੀ ਬਿਲਕੁਲ ਤੁਸੀਂ ਇੱਕ ਬੜੀ ਕੋਮਨ ਬਿਮਾਰੀ ਦੀ ਗੱਲ ਕੀਤੀ ਹੈ ਜਿਹਨੂੰ ਪਾਰਕਿੰਸਨਸ ਕਹਿੰਦੇ ਆ ਪਾਰਕਿੰਸਨਸ ਡਿਜ਼ੀਜ਼ ਇਹਨੂੰ ਕਿਹਾ ਜਾਂਦਾ ਵਾ ਔਰ ਅਗਰ ਐਡਵਾਂਸ ਹੋ ਜਾਵੇ ਤਾਂ ਪਾਰਕਿੰਸਨਿਜ਼ਮ ਪਰ ਵਾਕਈ ਇਹ ਬੜੀ ਕੋਮਨ ਹੋ ਗਈ ਹੈ ਅੱਜ ਦੀ ਡੇਟ 'ਚ ਔਰ ਬੜੀ ਵੱਧ ਗਈ ਹੈ ਬਿਮਾਰੀ ਜੀ ਸਾਡਾ ਜਿਹੜਾ ਬ੍ਰੇਨ ਹੈ ਬੇਸਿਕਲੀ ਨਿਊਰੋਜੈਨਿਕ ਪ੍ਰੋਬਲਮ ਹੀ ਹੈ ਸਾਡੇ ਬ੍ਰੇਨ 'ਚ ਕੁਛ ਨਿਊਰੋ ਟਰਾਂਸਮਿਟਰ ਨਿਕਲਦੇ ਨੇ ਉਹ ਨਿਊਰੋ ਟਰਾਂਸਮਿਟਰ ਦਾ ਮਕਸਦ ਕੀ ਹੁੰਦਾ ਵਾ ਕਿ ਬ੍ਰੇਨ ਜਿਹੜਾ ਮੈਸੇਜ ਸਾਡੇ ਔਰਗਨਸ ਨੂੰ ਦੇ ਰਿਹਾ ਵਾ ਚੱਲਣ ਵਾਸਤੇ ਕੰਮ ਕਰਨ ਵਾਸਤੇ ਉਹ ਮੈਸੇਜ ਬ੍ਰੇਨ ਤੋਂ ਉਸ ਔਰਗਨ ਤਿਕਨ ਲੈ ਕੇ ਜਾਣਾ ਜਿਸ ਤਰ੍ਹਾਂ ਉਮਰ ਵੱਧਦੀ ਹੈ ਇਹ ਨਿਊਰੋ ਟਰਾਂਸਮਿਟਰ ਘਟਣਾ ਸ਼ੁਰੂ ਹੋ ਜਾਂਦਾ ਸਾਡੀ ਗਲਤ ਹੈਬਿਟਸ ਕਰਕੇ ਧਿਆਨ ਨਾ ਰੱਖਣ ਕਰਕੇ ਆਪਣੇ ਸਰੀਰ ਦਾ ਪ੍ਰੋਪਰ ਔਰ ਜਦੋਂ ਇੱਕ ਪਰਟੀਕੁਲਰ ਲੈਵਲ ਤੋਂ ਇਹ ਘੱਟ ਜਾਂਦਾ ਵਾ ਅਤੇ ਪਾਰਕਿੰਸਨਸ ਡਿਜ਼ੀਜ਼ ਜਿਹੜਾ ਵਾ ਉਹ ਮਰੀਜ਼ ਨੂੰ ਹੋ ਜਾਂਦਾ ਵਾ ਸ਼ੁਰੂਆਤ ਤਾਂ ਇੱਥੇ ਹੀ ਹੁੰਦੀ ਕਿ ਹਲਕੇ ਹਲਕੇ ਹੱਥ ਪੈਰ ਕੰਬਦੇ ਨੇ ਸਾਈਨ ਕਰਨ 'ਚ ਮੁਸ਼ਕਲ ਆ ਜਾਂਦੀ ਹੈ ਵੱਧਦੇ ਵੱਧਦੇ ਵਧਾਉਣ ਇੰਨਾ ਵੱਧ ਜਾਂਦਾ ਲੋਕਾਂ 'ਚ ਕਿ ਉਹਨਾਂ ਦੀ ਸਟਿਫ ਹੋ ਜਾਂਦੀ ਹੈ ਬੋਡੀ ਪੂਰੀ ਬੈਲੈਂਸ ਨਹੀਂ ਬਣਦਾ ਚੱਲਣਾ ਤਿਕਨ ਔਖਾ ਹੋ ਜਾਂਦਾ ਔਰ ਐਡਵਾਂਸ ਸਟੇਜਿਸ 'ਤੇ ਪੇਸ਼ੈਂਟ ਸਾਡੇ ਕੋਲ ਐਸੇ ਆਉਂਦੇ ਨੇ ਜਿਨ੍ਹਾਂ ਨਾਲ ਆਪਾਂ ਐਡਮਿਟ ਵੀ ਕਰਦੇ ਹਾਂ ਜਿਹੜੇ ਲੇਟੇ ਰਹਿੰਦੇ ਨੇ ਚੱਲ ਸਕਦੇ ਹੀ ਨਹੀਂ ਹੈ ਸਵੈਲੋ ਕਰਨ 'ਚ ਵੀ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੁੰਦੀ ਹੈ ਵਾਕਈ ਇੱਕ ਐਸੀ ਚੀਜ਼ ਹੈ ਜਿਹਨੂੰ ਹੱਥਾਂ ਪੈਰਾਂ ਦੇ ਕੰਮਨ ਨੂੰ ਆਪਾਂ ਇਗਨੋਰ ਕਰ ਦਿੰਦੇ ਹਾਂ
ਜੇ ਮਾੜੇ ਜਿਹੇ ਵੀ ਕੰਬਣੇ ਸ਼ੁਰੂ ਹੋਏ ਨੇ ਸਟਾਰਟਿੰਗ 'ਚ ਇਹਨਾਂ ਨੂੰ ਸਾਨੂੰ ਜਿਹੜਾ ਵਾ ਉਹ ਠੀਕ ਕਰ ਲੈਣਾ ਚਾਹੀਦਾ ਜੀ। ਅੱਛਾ, ਕਈ ਬੰਦੇ ਤਾਂ ਜਿਹੜੇ ਹੈਗੇ ਨੇ ਆਮ ਡਰਿੰਕ ਡਰੁੰਕ ਜ਼ਿਆਦਾ ਕਰਦੇ ਨੇ, ਉਹਨਾਂ ਦੇ ਵੀ ਦੇਖਿਆ ਜਦੋਂ ਕੋਈ ਆਹ ਗੱਲ ਕਰਦੇ ਕਰਦੇ ਉਹ ਹੋਰ ਚੀਜ਼ ਦਾ ਕੋਈ ਵੀ ਸੇਮ ਹੀ ਆ ਜਾਂਦੀ ਹੈ। ਦੇਖੋ, ਡਰਿੰਕਿੰਗ ਕਰਕੇ ਟੈਂਪਰਰੀ ਅਵਸਥਾ ਬਣ ਸਕਦੀ ਹੈ। ਐਕਚੁਅਲੀ ਜਦੋਂ ਆਪਾਂ ਡਰਿੰਕ ਕਰਦੇ ਹਾਂ, ਦੇਖੋ ਹੁਣ ਕਿਸੇ ਨੇ ਅਗਰ ਅਲਕੋਹਲ ਲਿੱਤੀ ਹੈ ਤਾਂ ਲੋਕ ਕਹਿੰਦੇ ਡਰਿੰਕ ਕਰਕੇ ਡਰਾਈਵ ਨਾ ਕਰੋ, ਤੁਹਾਡੇ ਰਿਫਲੈਕਸਿਸ ਤੁਹਾਡੇ ਉਨੇ ਕੰਟਰੋਲ 'ਚ ਨਹੀਂ ਹੋਣਗੇ। ਡਰਿੰਕਿੰਗ ਕੀ ਕਰਦੀ ਹੈ ਕਿ ਟੈਂਪਰਰੀ ਤੌਰ 'ਤੇ ਤੁਹਾਡੇ ਕੁਛ ਨਿਊਰੋ ਟਰਾਂਸਮਿਟਰਸ ਨੂੰ ਘਟਾ ਦਿੰਦੀ ਹੈ। ਹੁਣ ਜੇ ਤਾਂ ਉਹ ਟੈਂਪਰਰੀ ਹੈ ਡਰਿੰਕਿੰਗ ਕਰਕੇ, ਜਿਹੜਾ ਡਰਿੰਕਿੰਗ ਛੱਡਣ ਤੋਂ ਬਾਅਦ ਕੁਛ ਦੇਰ ਬਾਅਦ ਠੀਕ ਹੋ ਜਾਏ, ਫਿਰ ਤਾਂ ਕੋਈ ਟੈਨਸ਼ਨ ਦੀ ਗੱਲ ਨਹੀਂ। ਬਟ ਜੇ ਉਹ ਪਰਮਨੈਂਟ ਹੀ ਹੋ ਗਿਆ ਵਾ, ਸਾਰਾ ਦਿਨ ਹੀ ਕੰਬ ਰਹੇ ਨੇ, ਫਿਰ ਕਾਰਨ ਚਾਹੇ ਕੋਈ ਵੀ ਹੋਏ, ਅਗਰ ਨਿਊਰੋ ਟਰਾਂਸਮਿਟਰ ਘੱਟ ਗਿਆ ਵਾ, ਅੱਜ ਸਾਡੇ ਹੱਥ ਪੈਰ ਕੰਬ ਰਹੇ ਨੇ ਜੀ, ਫਸਟ ਡੇ ਤੋਂ ਹੀ ਉਹਨਾਂ ਨੂੰ ਕੰਟਰੋਲ ਕਰਕੇ ਉਹ ਬੰਦ ਕਰਨਾ ਵਾ ਉਹਨੂੰ, ਕਿਉਂਕਿ ਅਦਰਵਾਈਜ਼ ਅਗਰ ਪਾਰਕਿੰਸਨਸ ਡਿਜ਼ੀਜ਼ ਵੱਧ ਕੇ ਪਾਰਕਿੰਸੋਨਿਜ਼ਮ ਬਣ ਜਾਵੇ, ਫਿਰ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਬਿਲਕੁਲ ਖਰਾਬ ਹੋ ਜਾਂਦੀ ਹੈ। ਅਤੇ ਇੱਕ ਤਾਂ ਹੱਥ ਪੈਰਾਂ ਦੀ ਗੱਲ, ਇੱਕ ਸਿਰ ਕਈਆਂ ਦਾ ਹਿਲਦਾ ਹੁੰਦਾ ਇੱਦਾਂ ਇੱਦਾਂ, ਮਤਲਬ ਸਾਈਡਾਂ ਨੂੰ, ਉਹ ਵੀ ਕਾਫੀ ਲੋਕ ਦੇਖੇ ਨੇ, ਉਹ ਵੀ ਇਸੇ 'ਚ ਹੀ ਆ ਜਾਂਦਾ ਜਾਂ ਉਹ ਅਲੱਗ ਹੈ? ਬਿਲਕੁਲ, ਅਤੇ ਸਰ ਮੈਜੋਰਿਟੀ ਜਿਹੜੀਆਂ ਵੀ ਟ੍ਰੈਵਲਿੰਗ ਡਿਸਆਰਡਰ, ਇਹਨੂੰ ਆਯੁਰਵੇਦ 'ਚ ਕਹਿੰਦੇ ਆ ਕੰਪਵਾਤ। ਅੱਛਾ ਜੀ, ਕੁਛ ਜਿਹੜੇ ਏਸ਼ੀਅਨਟਸ ਨੇ ਇਹਨਾਂ ਨੇ ਇਹਨੂੰ ਵਿਪਥੂ ਵੀ ਕਿਹਾ ਵਾ, ਔਰ ਜਿੰਨੀਆਂ ਵੀ ਟ੍ਰੈਵਲਿੰਗਸ ਨੇ ਸਰ ਦੀ ਸਾਰੀਆਂ, ਉਹ ਮੋਸਟਲੀ ਇਹਦੇ 'ਚ ਕਵਰ ਹੋ ਜਾਂਦੀਆਂ ਨੇ। ਔਰ ਐਲੋਪੈਥੀਕਲੀ ਜਦੋਂ ਬੰਦਾ ਜਾਂਦਾ ਐਲੋਪੈਥਿਕ ਡਾਕਟਰਸ ਕੋਲ ਕਿ ਟ੍ਰੈਵਲਿੰਗ ਹੋ ਰਹੀ ਹੈ ਔਰ ਨਿਊਰੋ ਟਰਾਂਸਮਿਟਰ ਘੱਟ ਗਿਆ ਵਾ, MRI ਲੋਕ ਡਾਕਟਰਸ ਕਈ ਵਾਰ ਕਰਵਾ ਕੇ ਦੇਖਦੇ ਨੇ, ਉਹਦੇ 'ਚ ਬ੍ਰੇਨ 'ਚ ਕੁਛ ਚੇਂਜਿਸ ਵੀ ਆਏ ਹੁੰਦੇ ਨੇ, ਕਈਆਂ 'ਚ ਨਹੀਂ ਵੀ ਆਏ ਹੁੰਦੇ ਚੇਂਜਿਸ, ਔਰ ਐਲੋਪੈਥੀ ਅੰਦਰ ਫਿਰ ਜਿਹੜਾ ਵਾ ਬਾਹਰੋਂ ਆਰਟੀਫਿਸ਼ਲੀ ਜਿਹੜੀ ਆ ਉਹ ਡੋਪਾਮੀਨ ਦਿੱਤੀ ਜਾਂਦੀ ਹੈ, ਸਿੰਡੋਪਾ ਵਗੈਰਾ ਇਹੋ ਜਿਹੀਆਂ ਨਾਮ ਦੀਆਂ ਗੋਲੀਆਂ ਆਉਂਦੀਆਂ ਨੇ, ਡੋਪਾਮੀਨ ਹੁੰਦੀ ਹੈ ਉਹ ਆਰਟੀਫਿਸ਼ਲੀ ਦਿੱਤੀ ਜਾਂਦੀ ਕਿਉਂਕਿ ਬੋਡੀ ਉਹਨੂੰ ਬਣਾ ਨਹੀਂ ਰਹੀ ਹੁੰਦੀ, ਉਹ ਅਪਰੋਚ ਇੰਨੀ ਵਧੀਆ ਨਹੀਂ ਹੁੰਦੀ, ਕਿਉਂਕਿ ਦੇਖੋ ਸਾਡਾ ਸਰੀਰ ਡੋਪਾਮੀਨ ਨਹੀਂ ਬਣਾ ਰਿਹਾ ਪੂਰੀ। ਚਾਹੀਦਾ ਤਾਂ ਇਹ ਵੈ ਕਿ ਆਪਾਂ ਆਪਣੇ ਸਰੀਰ ਨੂੰ ਇੰਨਾ ਕੁ ਬਲਵਾਨ ਕਰ ਦਈਏ ਕਿ ਡੋਪਾਮੀਨ ਬਣਨ ਲੱਗ ਪਵੇ ਨੈਚੁਰਲ ਡਾਈਟ ਨਾਲ, ਸਭ ਚੀਜ਼ਾਂ ਨਾਲ, ਲੇਕਿਨ ਡੋਪਾਮੀਨ ਬਾਹਰੋਂ ਦੇ ਦਿੱਤੀ ਜਾਂਦੀ, ਉਹਦੇ ਨਾਲ ਟੈਂਪਰਰਲੀ ਹੱਥ ਪੈਰ ਕੰਬਣੇ ਥੋੜ੍ਹੇ ਘੱਟ ਜਾਂਦੇ ਨੇ, ਅਤੇ ਅੱਗੇ ਜਾ ਕੇ ਬੰਦਾ ਫਿਰ ਉਹਦੇ 'ਚ ਹੋਰ ਬਹੁਤ ਜ਼ਿਆਦਾ ਜਿਹੜਾ ਵਾ ਉਹ ਤੰਗ ਹੁੰਦਾ। ਅਤੇ ਇਹ ਜ਼ਿਆਦਾਤਰ ਜਿਹੜੀ ਹੈਗੀ ਹੈ ਲੇਡੀਜ਼ ਦੇ ਵਿੱਚ ਹੁੰਦੀ ਬਿਮਾਰੀ ਜਾਂ ਦੋਨਾਂ ਦੇ ਵਿੱਚ ਹੀ ਹੁੰਦੀ? ਨਹੀਂ, ਇਹ ਦੋਨਾਂ 'ਚ ਹੁੰਦੀ ਹੈ ਜੀ, ਲੇਕਿਨ ਸਟਿਲ ਅਗਰ ਮੈਂ ਆਪਣੇ ਕੋਲ ਆਉਣ ਵਾਲੇ ਪੇਸ਼ੈਂਟਸ ਦੀ ਗੱਲ ਕਰਾਂ, ਮਤਲਬ ਮੈਂ ਜਦੋਂ ਪੜ੍ਹਦਾ ਵਾਂ ਅਤੇ ਰੂਟੀਨ 'ਚ ਦੇਖਦਾ ਵਾਂ ਕਿ ਬਰਾਬਰ ਹੀ ਹੈ, ਲੇਕਿਨ ਸਾਡੇ ਕੋਲ ਮੈਜੋਰਿਟੀ ਮੇਲਸ ਆਉਂਦੇ ਨੇ, ਜ਼ਿਆਦਾ ਮੈਂ ਦੇਖਿਆ ਵਾ ਕਿ ਮੇਲਸ ਜਿਹੜੇ ਪੇਸ਼ੈਂਟਸ ਨੇ ਉਹ ਜ਼ਿਆਦਾ ਅਪਰੋਚ ਕਰਦੇ ਨੇ ਸਰ ਜੀ। ਅਤੇ ਇਹਦਾ ਫਿਰ ਅਸੀਂ ਗੱਲ ਕਰੀਏ ਆਯੁਰਵੇਦ ਦੀ, ਕਿਉਂਕਿ ਆਯੁਰਵੇਦ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ 'ਤੇ ਅੱਜ ਕੱਲ੍ਹ ਵਰਤਿਆ ਜਾਂਦਾ ਲੋਕਾਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜੇ ਨੇ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਇਸ ਚੀਜ਼ 'ਤੇ ਕਰਨ ਲੱਗ ਪਏ ਨੇ ਕਿ ਅਸੀਂ ਦੇਸੀ ਇਲਾਜ ਜਿਹੜੇ ਨੇ ਉਹ ਵਰਤ ਕੇ ਠੀਕ ਹੋਈਏ, ਅਤੇ ਇਹਦਾ ਇੱਕ ਚਲੋ ਬਹੁਤ ਵੱਡਾ ਫਾਇਦਾ ਵੀ ਹੋ ਰਿਹਾ, ਬਹੁਤ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈਗੀ। ਅਤੇ ਇਹਦੇ ਆਯੁਰਵੇਦ ਦੇ ਵਿੱਚ ਫਿਰ ਇਸ ਬਿਮਾਰੀ ਦਾ ਕੀ ਇਲਾਜ ਆ ਜਾਂ ਕੀ ਕਰਨਾ ਚਾਹੀਦਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਈ ਹੈ ਜਾਂ ਹੋ ਰਹੀ ਹੈ, ਉਹਨਾਂ ਨੂੰ ਕੀ ਸਲਾਹ ਦਿੰਦੇ ਹੋ? ਬਿਲਕੁਲ, ਛੋਟੀਆਂ ਛੋਟੀਆਂ ਚੀਜ਼ਾਂ ਨੇ ਜੱਗੀ ਜੀ, ਜੇ ਬੰਦਾ ਸ਼ੁਰੂ 'ਚ ਹੀ ਘਰ 'ਚ ਕਰ ਲਵੇ ਤਾਂ ਦਵਾਈ ਵੱਲ ਤਾਂ ਜਾਣ ਦੀ ਲੋੜ ਹੀ ਨਹੀਂ ਪਏਗੀ ਜੀ। ਉਹ 'ਚ ਸਭ ਤੋਂ ਪਹਿਲੀ ਚੀਜ਼ ਹੈ ਬਦਾਮ ਰੋਗਨ ਦਾ ਨੱਕ ਅੰਦਰ ਪਾਉਣਾ। ਜੇ ਤੁਹਾਨੂੰ ਲੱਗਦਾ ਵੈ ਕਿ ਹੱਥ ਪੈਰ ਕੰਬ ਰਹੇ ਨੇ, ਬਦਾਮ ਰੋਗਨ ਬੜੀ ਆਈਡੀਅਲ ਚੀਜ਼ ਹੈ ਜੀ, ਤੁਸੀਂ ਕੋਸ਼ਿਸ਼ ਕਰਨੀ ਹੈ ਨੱਕ ਦੇ ਅੰਦਰ ਬਦਾਮ ਰੋਗਨ ਪਾਓ ਅਤੇ ਦੁੱਧ 'ਚ ਵੀ ਥੋੜ੍ਹਾ ਜਿਹਾ ਪਾ ਕੇ ਬਦਾਮ ਰੋਗਨ ਜਿਹੜਾ ਵੈ ਉਹ ਜ਼ਰੂਰ ਲੈ ਲਓ, ਇਹ ਇੱਕ ਚੀਜ਼ ਕਰਨੀ ਹੈ। ਦੂਜਾ ਪੇਠਾ, ਹੁਣ ਪੇਠਾ ਮਿਠਾਈ ਦੇ ਫੋਰਮ 'ਚ ਵੀ ਬਣਦਾ ਵੈ ਅਤੇ ਪੇਠਾ ਸਬਜ਼ੀ ਦੇ ਫੋਰਮ 'ਚ ਵੀ ਖਾਧਾ ਜਾਂਦਾ ਵੈ। ਪੇਠੇ ਦੀ ਵਰਤੋਂ ਆਪਾਂ ਵਧਾ ਦੇਣੀ ਹੈ ਆਪਣੀ ਜੀਵਨ ਸ਼ੈਲੀ ਦੇ ਅੰਦਰ, ਜਿੰਨਾ ਪੇਠਾ ਵੱਧ ਖਾਵਾਂਗੇ ਉਨਾ ਸਾਡਾ ਜਿਹੜਾ ਨਿਊਰੋ ਟਰਾਂਸਮਿਟਰ ਦਾ ਲੈਵਲ ਹੈ ਨਾ ਉਹਨੂੰ ਪੂਰਾ ਕਰਦਾ ਵਾ ਪੇਠਾ ਜੀ। ਤੀਸਰੀ ਇੱਕ ਮੇਜਰ ਚੀਜ਼ ਹੈ ਸੁੰਡ। ਸੁੰਡ ਬੜੀ ਵਾਰੀ ਆਪਾਂ ਇਸ ਚੀਜ਼ ਤੋਂ ਡਰ ਜਾਂਦੇ ਹਾਂ ਜੀ, ਸੁੰਡ ਗਰਮ ਹੋਏਗੀ ਨੁਕਸਾਨ ਕਰੇਗੀ, ਲੇਕਿਨ ਰਿਐਲਿਟੀ ਇਹ ਹੈ ਕਿ ਜੇ ਸਿਆਣਿਆਂ ਨੇ ਸੁੰਡ ਨੂੰ ਸਾਡੇ ਗਰਮ ਮਸਾਲਿਆਂ 'ਚ ਪਾਇਆ ਹੋਇਆ ਅਤੇ ਕੁਛ ਸੋਚ ਕੇ ਪਾਇਆ ਹੋਇਆ, ਹਾਂਜੀ, ਜਿਹੜੀ ਸਟਿਫਨੈਸ ਆਉਂਦੀ ਹੈ ਇਹੋ ਜਿਹੇ ਮਰੀਜ਼ ਦੇ ਅੰਦਰ, ਜਕੜਾਹਟ, ਸੁੰਡ ਅਗਰ ਆਪਾਂ ਆਪਣੀ ਸਬਜ਼ੀ 'ਚ ਵਧਾ ਦਈਏ ਜਾਂ ਸੁੰਡ ਨੂੰ ਆਪਾਂ ਚਮਚੇ ਦਾ ਦਸਵਾਂ ਕੁ ਹਿੱਸਾ ਗਰਮ ਪਾਣੀ 'ਚ ਪਾ ਕੇ ਪੀਵੀਏ, ਉਹਦੇ ਨਾਲ ਵੀ ਬੜਾ ਜਿਹੜਾ ਵਾ ਨਾ ਉਹ ਫਾਇਦਾ ਮਿਲਦਾ ਵਾ ਅਗਰ ਪੇਸ਼ੈਂਟ ਦੀ ਟ੍ਰੈਵਲਿੰਗ ਡਿਸਆਰਡਰ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਔਰ ਅਖਰੋਟ, ਅਗੇਨ ਅਖਰੋਟ ਜਿਹੜਾ ਵਾ ਉਹ ਵੀ ਬਹੁਤ ਵਧੀਆ ਫਾਇਦਾ ਕਰਦਾ ਵਾ, ਤੁਸੀਂ ਵਾਲਨਟ ਓਇਲ ਲੈ ਸਕਦੇ ਹੋ ਕੁਛ ਬੂੰਦਾ ਅਗਰ ਤੁਸੀਂ ਪ੍ਰੋਪਰ ਅਖਰੋਟ ਨਹੀਂ ਖਾਣਾ ਚਾਹੁੰਦੇ, ਅਦਰਵਾਈਜ਼ ਅਖਰੋਟ ਫਾਇਦਾ ਕਰਦਾ ਵਾ। ਔਰ ਚਾਰ ਮਗਜ਼ ਵੀ ਅਗਰ ਦੁੱਧ ਦੇ ਨਾਲ ਲਿੱਤੇ ਜਾਣ ਉਹ ਵੀ ਫਾਇਦਾ ਬਹੁਤ ਕਰਦਾ। ਅਤੇ ਇਹਦੇ ਵਿੱਚ ਚਲੋ ਇਹ ਤਾਂ ਹੋ ਗਿਆ ਨਾਲ ਨਾਲ, ਅਤੇ ਅਗਰ ਕੋਈ ਦਵਾਈ ਮੰਗਵਾਉਣੀ ਚਾਹੁੰਦਾ ਹੋਵੇ ਤੁਹਾਡੇ ਕੋਲੋਂ ਇਹਦੀ, ਅਤੇ ਜਾਂ ਡਿਸਕਸ ਕਰਨਾ ਚਾਹੁੰਦਾ ਹੋਵੇ ਅਤੇ ਹੈਗਾ ਕਰ ਸਕਦੇ ਆ? ਬਿਲਕੁਲ ਜੀ, ਦੇਖੋ ਜੇ ਤੁਹਾਨੂੰ ਲੱਗਦਾ ਵਾ ਕਿ ਕੋਮਨ ਚੀਜ਼ਾਂ ਤੁਸੀਂ ਕਰ ਲਈਆਂ ਨੇ ਔਰ ਕੋਈ ਬਹੁਤਾ ਤੰਗ ਹੋ, ਫਾਇਦਾ ਨਹੀਂ ਮਿਲ ਰਿਹਾ, ਤਾਂ ਤੁਸੀਂ ਸਾਡੇ ਨੰਬਰਸ 'ਤੇ ਵੀ ਕਾਲ ਕਰ ਸਕਦੇ ਹੋ,
पार्क केयर नाम तो पार्किंसन वास्ते पार्क केयर नाम तो मैं स्पेशल मेडिकेशन तैयार की हुई है जी जिहड़ी बहुत फायदा करती है न्यूरो ट्रांसमीटर के लैवल नूं वधाउण वास्ते। इस तो इलावा कुछ क्लासीकल आयुर्वेदिक मेडिकेशन भी ने जिहड़ियां सारियां नूं फायदा करदियां ने। बला रिस्टम एक सिरप आंदा वै, धनवंतरा रिस्टम एक सिरप आंदा वै, माना सुमित्रा वड़क्कम एक खास तरह की दवाई है जिहड़ी ब्रेन नूं भी पोटेंशिएट करती है, न्यूरो ट्रांसमीटर लैवल नूं भी जिहड़ा वै उह नॉर्मल करके रखती है। यह चीज़ां कीतियां जा सकदियां ने। एडवांस स्टेज अगर हो गई है, बहुत वध गया वधान, तुसीं चाहो तो जिहड़ा न्यूयॉर्क सेंटर है साडा उत्थे तुसीं पंचकर्मा करवा सकते हो, तुहानूं भेज दिता जाएगा, तुसीं उत्थे थैरेपीज़ करा सकते हो, इंडिया अंदर साढ़े कोल एडमिट हो सकते हो, तो पंचकर्मा नाल भी बहुत ज़्यादा फायदा मिलता वै अगर पार्किंसन्स नाल जूझ रहा जी। जी तो ये वैसे अगर मेडिसिन शुरू करते हैं कोई भी तो किन्ना कु टाइम लगता जां किन्ने परसेंट तक लोग ठीक होंगे ने? परसेंट तो भाव यह है कि जिदा बहुत ज़्यादा हाथ पैर कंबदे ने बिल्कुल नॉर्मल हो जाते या थोड़ा बहुत फर्क रहिंदा? अगर पेशेंट ने इनिशियल स्टेज पर अप्रोच किया वैसे सानू मतलब दो तरह के पेशेंट अप्रोच करते जगी जी सानू, एक तो करते हैं कि अज पार्किंसन्स होया उन्होंने शुरुआत से सानू अप्रोच कर लिया, दूजे वो करते हैं कि पार्किंसन्स होया उन्होंने कई साल एलोपैथिक दवाई खाधी फिर अप्रोच किया सानू जी। तो जे लेट अप्रोच करने वाला पेशेंट है तुसीं कॉल ले लो जगी जी पहले। हाँ जी कोई नहीं, मैं नंबर नोट कर लगा करना तो काफ़ी आ गई पचानवे तो नाल दी नाल अगर गल करिए आप कला भी लैने थोड़े फिर नंबर बाद दे विच नोट नहीं होंगे फिर कई बार कॉल जी नहीं होंगी। लो जी असं कॉल लैनिया शुरू करने जी। सत श्रीकाल जी, तुम ऑनर हो, कौन बोल रहे जी? मैं जगी ਹੁਣਾਂ ਨਾਲ ਗੱਲ ਕਰਨੀ। ਹਾਂਜੀ ਮੈਂ ਜਗਤਾਰ ਜੱਗੀ ਬੋਲ ਰਿਹਾ ਜੀ ਤੇ ਡਾਕਟਰ ਸਾਹਿਬ ਨਾਲ ਨੇ, ਤੁਸੀਂ ਆਪਣਾ ਸਵਾਲ ਕਰ ਸਕਦੇ ਜੀ। ਮੈਂ ਪੁੱਛਣਾ ਉਹਨਾਂ ਨੂੰ ਮੇਰਾ ਗਲਾ ਤੇ ਮੂੰਹ ਬਹੁਤ ਸੁੱਕਦਾ ਆ, ਇਸ ਬਾਰੇ ਪੁੱਛਣਾ ਸੀਗਾ। ਗਲਾ ਤੇ ਮੂੰਹ ਸੁੱਕਦਾ, ਡਾਕਟਰ ਸਾਹਿਬ ਕੋਈ ਸਵਾਲ ਕਰਨਾ ਚਾਹੁੰਦੇ? ਸਵੇਰ ਦੇ ਟਾਈਮ ਹੀ ਸੁੱਕਦਾ ਜਦੋਂ ਰਾਤੀ ਸੋ ਕੇ ਉੱਠਦੇ ਕਿ ਸਾਰਾ ਦਿਨ ਸੁੱਕਦਾ ਰਹਿੰਦਾ ਵਾ? ਜੀ ਸਵੇਰੇ ਹੀ ਸੁੱਕਦਾ ਜਾਂ ਸਾਰਾ ਦਿਨ? ਹੈਲੋ ਕੱਟ ਗਿਆ ਜੀ ਉਹਨਾਂ ਦਾ ਫੋਨ। ਬੇਸਿਕਲੀ ਅਗਰ ਸਵੇਰੇ ਬੰਦਾ ਜਦੋਂ ਉੱਠੇ ਜਾਂ ਅਰਲੀ ਮਾਰਨਿੰਗ ਗਲਾ ਸੁੱਕੇ ਆਦਾ ਸੌਣ ਦੇ ਟਾਈਮ ਸੁੱਕੇ, ਉਹ ਹੁੰਦਾ ਹਾਈਪਰ ਐਸਿਡਿਟੀ ਕਰਕੇ। ਉਸ ਕੇਸ ਦੇ ਅੰਦਰ ਸਾਨੂੰ ਮਿਰਚਾਂ ਵਾਲੀਆਂ ਚੀਜ਼ਾਂ ਫਰਾਈਡ ਚੀਜ਼ਾਂ ਅਵੋਇਡ ਕਰਨੀਆਂ ਨੇ ਅਤੇ ਭੁੰਨਿਆ ਹੋਇਆ ਜੀਰਾ ਕੰਮ ਕਰਦਾ ਫਾਇਦਾ ਕਰਦਾ ਵੈ। ਅਗਰ ਦਿਨ ਦੇ ਟਾਈਮ 'ਚ ਵੀ ਸੁੱਕਦਾ ਵੈ ਫਿਰ ਜਿਹੜਾ ਵੈ ਮੁਲੱਠੀ ਦਾ ਪਾਊਡਰ, ਅਤੇ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਮੁਲੱਠੀ ਦਾ ਪਾਊਡਰ ਅਤੇ ਹਰੜ ਦਾ ਪਾਊਡਰ ਬਰਾਬਰ ਮਿਲਾ ਲਓ ਅਤੇ ਚੁੰਡੀ ਜਿੰਨਾ ਚੁਟਕੀ ਜਿੰਨਾ ਦਿਨ 'ਚ 6-7-8 ਵਾਰੀ ਜਿਹੜਾ ਤੁਸੀਂ ਮੂੰਹ 'ਚ ਪਾ ਲੈਣਾ ਅਤੇ ਉਹਨੂੰ ਘੁਲਣ ਦੇਣਾ ਮੂੰਹ ਦੇ ਅੰਦਰ, ਔਰ ਫਰਾਈਡ ਚੀਜ਼ਾਂ ਘਟਾਉਣੀਆਂ ਨੇ। ਆਮ ਤੌਰ 'ਤੇ ਗਲਾ ਸੁੱਕਣ ਦਾ ਕਾਰਨ ਜਿਹੜਾ ਵੈ ਉਹ ਹਾਈਪਰ ਐਸਿਡਿਟੀ ਔਰ ਜ਼ਿਆਦਾ ਫਰਾਈਡ ਖਾਣ ਕਰਕੇ ਹੁੰਦਾ ਜੀ। ਜੀ ਜਿਵੇਂ ਅਸੀਂ ਕਈ ਵਾਰੀ ਬੰਦਾ ਛੋਲੇ ਖਾਂਦਾ ਤਾਂ ਉਦੋਂ ਬਾਅਦ ਬੜੀ ਪਿਆਸ ਲੱਗਦੀ ਹੈ, ਅਤੇ ਆਪਾਂ ਮਤਲਬ ਇਹਦਾ ਮਤਲਬ ਇਹਦਾ ਇਹ ਹੋਰ ਵੀ ਕੋਈ ਕਾਰਨ ਹੈਗਾ ਜੀ ਕਿਸ ਚੀਜ਼ ਦੀ ਘਾਟ ਹੁੰਦੀ ਹੈ ਸਰੀਰ ਦੇ ਵਿੱਚ? ਦੇਖੋ ਬੇਸਿਕਲੀ ਅਗਰ ਜ਼ਿਆਦਾ ਹਾਂ ਅਗਰ ਮੂੰਹ ਜ਼ਿਆਦਾ ਸੁੱਕੇ ਨਾ, ਦੇਖ ਮੂੰਹ ਸਾਡਾ ਜਿਹੜਾ ਸਲਾਈਵਰੀ ਗਲੈਂਡ ਹੈ ਉਹਦਾ ਕੰਮ ਹੈ ਕਿ ਸਲਾਈਵੇਸ਼ਨ ਪ੍ਰੋਪਰ ਕਰਵਾਉਣੀ ਔਰ ਮੋਇਸਟ ਰੱਖਣਾ ਮੂੰਹ ਨੂੰ, ਔਰ ਮੂੰਹ ਸਲਾਈਵਾ ਜਿਹੜਾ ਉਹਦਾ ਫਾਇਦਾ ਹੈ ਕਿਉਂਕਿ ਸਲਾਈਵਾ ਐਂਟੀ ਬੈਕਟੀਰੀਅਲ ਹੈ। ਕੋਈ ਵੀ ਬੈਕਟੀਰੀਆ ਅਗਰ ਸਾਡੇ ਮੂੰਹ 'ਚ ਜਾ ਰਿਹਾ, ਕੋਈ ਫੰਗਸ ਮੂੰਹ 'ਚ ਜਾਣ ਲੱਗਾ ਹੋਇਆ, ਸਾਡਾ ਸਲਾਈਵਾ ਲੜਦਾ ਉਹਦੇ ਨਾਲ ਔਰ ਠੀਕ ਰੱਖਦਾ। ਅਗਰ ਮੂੰਹ ਲਗਾਤਾਰ ਸੁੱਕਦਾ ਰਹੇਗਾ ਤਾਂ ਮੂੰਹ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਬਟ ਦੇਖਿਆ ਜਾਂਦਾ ਕਿ ਕਈ ਵਾਰੀ ਏਜਿੰਗ ਦੇ ਨਾਲ ਵੀ ਸਟ੍ਰੈਸ ਕਰਕੇ ਵੀ ਸਲਾਈਵਰੀ ਗਲੈਂਡ ਜਿੰਨਾ ਵਧੀਆ ਕੰਮ ਨਹੀਂ ਕਰਦੇ, ਔਰ ਐਸੇ ਕਰਕੇ ਪੁਰਾਣੇ ਸਿਆਣਿਆਂ ਨੇ ਕੀ ਕੀਤਾ ਸੀ ਜੱਗੀ ਜੀ, ਰੋਜ਼ ਦੀ ਇੱਕ ਟ੍ਰੈਡੀਸ਼ਨ ਹੁੰਦੀ ਸੀ ਕਿ ਤੇਲ ਲੈਣਾ ਵੈ, ਇਹਨੂੰ ਕਹਿੰਦੇ ਆਇਲ ਪੁਲਿੰਗ। ਅੱਜ ਦੀ ਡੇਟ 'ਚ ਵੀ ਫੋਰਨਰਸ ਕਰਦੇ ਨੇ ਅਤੇ ਸਾਡੇ ਇੰਡੀਅਨ ਛੱਡ ਚੁੱਕੇ ਨੇ ਆਇਲ ਪੁਲਿੰਗ, ਕਿ ਤੇਲ ਲੈਣਾ ਹੁੰਦਾ ਅਤੇ ਮੂੰਹ 'ਚ ਇਸ ਤਰ੍ਹਾਂ ਭਰਨਾ ਹੁੰਦਾ ਜੀ ਇਸ ਤਰ੍ਹਾਂ, ਔਰ ਕਰੀਬਨ ਜਿਹੜਾ ਵੈ ਇਹ 2-3 ਮਿੰਟ ਵਾਸਤੇ ਭਰ ਕੇ ਰੱਖਣਾ ਹੁੰਦਾ ਮੂੰਹ ਦੇ ਅੰਦਰ, ਇਹਨੂੰ ਹਿਲਾਉਣਾ ਨਹੀਂ ਹੁੰਦਾ, ਉਸ ਤੋਂ ਬਾਅਦ ਚੁੱਲ੍ਹੀ ਕਰ ਦੇਣੀ ਹੁੰਦੀ ਬਾਹਰ। ਇਹਨੂੰ ਆਪਾਂ ਆਇਲ ਪੁਲਿੰਗ ਕਹਿੰਦੇ ਹਾਂ। ਇਹ ਆਇਲ ਪੁਲਿੰਗ ਅਗਰ ਬੰਦਾ ਕਰਦਾ ਰਹੇ ਤਾਂ ਸਲਾਈਵਰੀ ਗਲੈਂਡਸ ਨੂੰ ਤਾਕਤ ਮਿਲਦੀ ਰਹਿੰਦੀ ਅਤੇ ਕਦੀ ਇਹ ਸਟੇਜ ਨਹੀਂ ਆਉਂਦੀ ਜੀ। ਅਤੇ ਇਹ ਕਿੰਨਾ ਕੁ ਤੇਲ ਪਾਉਣਾ ਜੀ ਡਾਕਟਰ ਸਾਹਿਬ? ਜਿੰਨਾ ਮੂੰਹ 'ਚ ਪੂਰਾ ਭਰ ਸਕੇ, ਔਰ ਪ੍ਰੈਫਰ ਕਰਨਾ ਕਿ ਤਿਲ ਦਾ ਤੇਲ ਹੋਏ। ਤਿਲ ਦਾ ਤੇਲ, ਠੀਕ ਹੈ ਜੀ ਜੀ, ਹੋਲਡ ਰੱਖੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ, ਤੁਸੀਂ ਆਪਣਾ ਸਵਾਲ ਰੱਖ ਸਕਦੇ ਜੀ। ਹਾਂਜੀ ਹਾਂਜੀ, ਮੈਂ ਹੋਲਡਿੰਗ। ਹਾਂਜੀ ਨਹੀਂ ਨਹੀਂ, ਹੋਲਡ ਦੀ ਲੋੜ ਨਹੀਂ, ਤੁਸੀਂ ਗੱਲ ਕਰੋ ਜੀ, ਮੈਂ ਤੁਹਾਡਾ ਫੋਨ ਔਨ ਏਅਰ ਹੈ। ਓ ਅੱਛਾ ਅੱਛਾ, ਔਨ ਏਅਰ। ਹਾਂਜੀ ਸਰ, ਆਪਣੇ ਨਾ ਜਿਵੇਂ ਮੈਨੂੰ ਪ੍ਰੋਬਲਮ ਇਹ ਹੈ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ। ਥੈਂਕ ਯੂ ਸਰ। ਤੇ ਮੈਨੂੰ ਜਿਵੇਂ ਆਪਾਂ ਸਵੇਰੇ ਉੱਠ ਕੇ ਇਦਾਂ ਲੱਗਦਾ ਜਿਵੇਂ ਗਲੇ ਦੇ ਵਿੱਚ ਕੋਈ ਫਸਿਆ ਰਹਿੰਦਾ ਹਮੇਸ਼ਾ। ਅੱਛਾ ਜੀ, ਸਵੇਰੇ ਸਵੇਰੇ? ਹਾਂਜੀ ਜੀ। ਡਾਕਟਰ ਸਾਹਿਬ ਪੁੱਛਣਾ ਚਾਹੁੰਦੇ ਕੁਛ?
ਨਹੀਂ ਮੈਂ ਦੱਸਦਾ ਜੀ, ਦੇਖੋ ਅਗਰ ਅਰਲੀ ਮਾਰਨਿੰਗ ਉੱਠ ਕੇ ਇਸ ਤਰ੍ਹਾਂ ਲੱਗ ਰਿਹਾ ਵੈ, ਇੱਕ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਦਿਨ 'ਚ 2 ਵਾਰੀ ਸੁਹਾਗਾ, ਜਿਹਨੂੰ ਟੰਕਣ ਕਹਿੰਦੇ ਹਾਂ ਆਪਾਂ, ਆਮ ਮਿਲ ਜਾਂਦਾ ਵੈ ਸ਼ੁੱਧ ਟੰਕਣ, ਇਹਦੇ ਆਪਾਂ ਗਰਾਰੇ ਕਰਨੇ ਆ ਪਾਣੀ 'ਚ ਪਾ ਕੇ। ਲੂਣ ਦੀ ਇੱਕ ਅੱਧੀ ਚੂੰਡੀ ਆਪਾਂ ਪਾ ਸਕਦੇ ਜੇ ਪਾਉਣਾ ਚਾਹੀਏ, ਨਹੀਂ ਤਾਂ ਇਹੀ ਇਕੱਲਾ ਬਹੁਤ ਹੈ। ਸੈਕਿੰਡਲੀ ਆਪਾਂ ਰਾਤੀ ਸੌਣ ਲੱਗਿਆਂ ਰਿਫਾਈਨਡ ਜਾਂ ਵੈਜੀਟੇਬਲ ਓਇਲ ਲੈ ਕੇ ਉਹਨੂੰ ਕੋਸਾ ਕਰਕੇ ਉਹਦੇ ਥੋੜ੍ਹਾ ਨਮਕ ਪਾ ਕੇ ਆਪਣੇ ਗਲੇ 'ਤੇ ਇਹਦੀ ਮਾਲਿਸ਼ ਕਰ ਲੈਣੀ ਹੈ। ਇਹ 2 ਚੀਜ਼ਾਂ ਕਵਰ ਕਰ ਦੇਣਗੀਆਂ ਐਕਸਟਰਨਲ ਫੈਕਟਰਸ ਨੂੰ। ਇਹਦੇ ਨਾਲ ਜਿਹੜੀ ਤੀਜੀ ਚੀਜ਼ ਕਿ ਹਰੜ ਔਰ ਮੁਲੇਠੀ, ਤੁਸੀਂ ਟੀਵੀ ਤੇ ਜਵਾਬ ਸੁਣੋ ਭਾਜੀ, ਟੀਵੀ ਤੇ ਜਵਾਬ ਸੁਣੋ, ਤੁਹਾਡੇ ਸਵਾਲ ਦਾ ਜਵਾਬ ਜਿਹੜਾ ਦਿੱਤਾ ਡਾਕਟਰ ਸਾਹਿਬ ਨੇ, ਹਰੜ ਤੇ ਮੁਲੇਠੀ ਤੁਸੀਂ ਬਰਾਬਰ ਮਿਕਸ ਕਰੋ, ਸੁਹਾਗੇ ਦੇ ਪਾਊਡਰ, ਸੁਹਾਗੇ ਦੇ ਗਰਾਰੇ ਕਰਨੇ ਜੀ। ਇੱਕ ਤਾਂ ਟੀਵੀ ਤੇ ਸੁਣੋ ਤਾਂ ਜ਼ਿਆਦਾ ਬੈਟਰ ਹੈ, ਟੀਵੀ ਤੇ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਤੁਹਾਡਾ। ਠੀਕ ਠੀਕ ਹੈ ਜੀ, ਹਾਂਜੀ ਹਾਂਜੀ ਮੈਂ ਸੁਣ ਰਿਹਾ ਜੀ। ਹਾਂਜੀ 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 ਠੀਕ ਹੈ ਜੀ, ਚਲੋ ਮਿਹਰਬਾਨੀ ਜੀ ਬਹੁਤ ਜੀ ਡਾਕਟਰ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ, ਹਾਂਜੀ 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 ਕੀ ਪੁੱਛਣਾ ਚਾਹੁੰਦੇ ਜੀ ਤੁਸੀਂ, ਕਰੋ ਜੀ ਸਵਾਲ ਡਾਕਟਰ ਸਾਹਿਬ ਨੂੰ। ਹਾਂਜੀ 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 ਦੱਸੋ ਜੀ ਕੀ ਪੁੱਛਣਾ ਚਾਹੁੰਦੇ। ਮੈਂ ਤੁਹਾਡੀ ਗੱਲ ਸਮਝ, ਟੀਵੀ ਦੀ ਆਵਾਜ਼ ਇੱਕ ਤਾਂ ਘੱਟ ਕਰ ਲਓ ਜੀ ਡਾਕਟਰ, ਬਾਕੀ ਤੁਹਾਨੂੰ ਫੋਨ ਕਰ ਲੈਣਗੇ ਜੀ, ਤੁਸੀਂ ਫੋਨ ਕਰਕੇ ਦੱਸ ਦਿਓ ਡਾਕਟਰ ਸਾਹਿਬ ਨੂੰ ਟਾਈਮ। ਹਾਂ ਖੁੱਲ੍ਹੇ ਟਾਈਮ 'ਚ ਤੁਹਾਨੂੰ ਫੋਨ ਕਰ ਲੈਣਗੇ ਡਾਕਟਰ ਸਾਹਿਬ, ਠੀਕ ਹੈ ਜੀ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੁਰਿੰਦਰ ਸਿੰਘ ਜੀ ਸਵਾਗਤ ਹੈ। ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਹਾਲ ਚਾਲ ਹੈ ਜੀ। ਸਰਦਾਰ ਜਗਤਾਰ ਸਿੰਘ ਜੱਗੀ ਤੇ ਡਾਕਟਰ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਮੈਂ ਇੱਕ ਪੁੱਛਣਾ ਡਾਕਟਰ ਸਾਹਿਬ ਨੂੰ, ਮੇਰੀ ਬੈਕ ਦੀ ਸਰਜਰੀ ਹੋਈ ਆ ਤੇ ਮੁੜ ਕੇ ਫੇਰ ਹੁਣ 2 ਤੋਂ ਮਹੀਨੀ ਪੈ ਜਾਂਦੀ ਪ੍ਰੋਬਲਮ, ਫਿਰ ਪੇਨ ਬਹੁਤ ਹੁੰਦੀ ਆ, ਤੇ ਜਿਹਦੀ ਮੈਨੂੰ ਡਾਕਟਰ ਨੇ ਵੈਸੇ 6 ਘੰਟੇ ਬਾਅਦ ਦੱਸਿਆ ਟਰਾਮਾ ਡੋਲ ਦੀ ਗੋਲੀ, ਪਰ ਮੈਂ ਕਦੀ ਨਾ ਸਾਰ ਲੈਣਾ 24 ਘੰਟਿਆਂ 'ਚ। ਕਿੰਨੀ ਕੁ ਇਹ ਟਰਾਮਾ ਡੋਲ ਖਾਣੀ ਚਾਹੀਦੀ, ਕਿੰਨਾ ਕੁ ਇਹ ਨੁਕਸਾਨ ਕਰਦੀ ਆ ਜੀ? ਜੀ ਜੀ ਡਾਕਟਰ ਸਾਹਿਬ, ਦੇਖੋ ਟਰੈਮਾਡੋਲ ਜਿਹੜੀ ਹੈ ਸੁਰਿੰਦਰ ਜੀ, ਹੈ ਓਪੀਐਮ ਡੈਰੀਵੇਟਿਵ, ਹੈ ਅਫੀਮ ਦੇ ਡੈਰੀਵੇਟਿਵ ਤੋਂ ਟਰੈਮਾਡੋਲ ਕੱਢੀ ਗਈ ਹੈ, ਔਰ ਟਰੈਮਾਡੋਲ ਦੀ ਸਭ ਤੋਂ ਮਾੜੀ ਚੀਜ਼ ਹੈ ਇਹਦੀ ਆਦਤ ਪੈ ਜਾਂਦੀ ਹੈ, ਔਰ ਇਹ ਨਰਵਸ ਵਾਸਤੇ ਬਹੁਤ ਹੀ ਚੰਗੀ ਨਹੀਂ ਹੈ। ਇਸ ਕਰਕੇ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਕਿ ਟਰੈਮਾਡੋਲ ਤੁਸੀਂ ਲੋੜ ਪੈਣ 'ਤੇ ਖਾ ਰਹੇ ਹੋ, ਤੁਸੀਂ ਟਰੈਮਾਡੋਲ ਅਵੋਇਡ ਹੀ ਕਰੋ। ਉਹਦੀ ਜਗ੍ਹਾ ਦੇ ਉੱਪਰ ਇੱਕ ਆਉਂਦੀ ਖੁਰਾਸਾਨੀ ਅਜਵਾਇਨ, ਜਿਹਨੂੰ ਕਹਿੰਦੇ ਆ ਪਾਰਸਿਕ ਯਵਾਨੀ, ਜੇ ਤੁਹਾਨੂੰ ਮਿਲ ਸਕੇ ਪਾਰਸਿਕ ਜਵਾਨੀ, ਤੁਹਾਡਾ ਇੰਡੀਆ 'ਚੋਂ ਕੋਈ ਆ ਰਿਹਾ ਜਾਂ ਤੁਹਾਨੂੰ ਉੱਥੇ ਮਿਲ ਜਾਵੇ ਖੁਰਾਸਾਨੀ ਅਜਵਾਇਨ, ਇੱਕ ਪੋਟਲੀ ਅੰਦਰ ਬੰਨ ਕੇ ਨਾ ਤੁਸੀਂ ਪਿੱਠ ਦੇ ਉਸ ਹਿੱਸੇ 'ਚ ਸਿਕਾਈ ਕਰੋ ਜਿੱਥੇ ਸਭ ਤੋਂ ਵੱਧ ਤੁਹਾਨੂੰ ਦਰਦ ਹੁੰਦੀ ਹੈ, ਤੁਹਾਨੂੰ ਪੇਨ 'ਚ ਰਿਲੀਫ ਮਿਲੇਗਾ। ਟਰੈਮਾਡੋਲ ਖਾਣ ਦੀ ਜਗ੍ਹਾ ਪਾਰਸਿਕ ਜਵਾਨੀ ਦੀ ਤੁਸੀਂ ਸਿਕਾਈ ਕਰ ਸਕਦੇ ਹੋ, ਨਾਲ ਦਸ਼ਮੁੱਲ ਲੈ ਸਕਦੇ ਹੋ, ਉਹ ਅੰਦਰੋਂ ਸੋਜ ਨੂੰ ਘਟਾਉਂਦਾ ਵੈ ਅਗਰ ਆਫਟਰ ਸਰਜਰੀ ਕਿਸੇ ਦੀ ਪੇਨ ਦੇ ਰਹੀ ਹੋਏ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਕੈਲਗਿਰੀ ਤੋਂ ਹੈ ਜੀ ਫੋਨ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਰ ਆਉਣੇ ਰਹੋ ਜੀ, ਕੀ ਸਵਾਲ ਤੁਹਾਡਾ ਡਾਕਟਰ ਸਾਹਿਬ ਲਈ? ਸਵਾਲ ਇਹ ਹੈ ਜੀ, ਮੇਰੀ ਉਮਰ ਹੈਗੀ 20 ਸਾਲ। ਅੱਛਾ ਜੀ, ਮੋਟਾਪਾ ਹੈ, ਮਤਲਬ ਪੇਟ ਬਾਹਰ ਨੂੰ ਵਧਿਆ ਹੋਇਆ। ਅੱਛਾ ਜੀ, ਕੀ ਹਾਲ ਹੈ, ਕੀ ਕੀ? ਹਾਂਜੀ, ਮੋਟਾਪਾ, ਮੋਟਾਪਾ ਜੀ ਕੀ ਆਪਣੇ ਕੋਲ? ਹਾਂਜੀ ਹਾਂਜੀ, ਤੇ ਦੇਖੋ ਹਾਂਜੀ, ਅਗਰ ਆਪਾਂ ਪਾਰਟਿਕੂਲਰ ਜਿਉਂਦੇ ਆ ਵੀ ਕੋਈ ਦਵਾਈ ਕੀ ਦਿੰਦੇ ਆ, ਉਹਦਾ ਕਿੰਨਾ ਕੁ ਟਾਈਮ ਲੱਗਦਾ? ਹਾਂਜੀ ਹਾਂਜੀ, ਕਿੰਨੇ ਟਾਈਮ 'ਚ ਉਹਦਾ ਵਜ਼ਨ ਘੱਟਦਾ, ਕਿੰਨਾ ਮਤਲਬ ਮਹੀਨੇ 'ਚ ਕਿੰਨਾ ਘੱਟੂ, 2 ਮਹੀਨੇ 'ਚ ਕਿੰਨਾ ਘੱਟੂ, ਇਹ ਅਸੀਂ ਜਾਣਨਾ ਚਾਹੁੰਦੇ ਹਾਂ। ਜੀ ਜੀ, ਸੁਣੋ ਜੀ ਸਰਦਾਰ ਸਾਹਿਬ, ਸਵਾਲ ਤੁਸੀਂ ਜਵਾਬ ਟੀਵੀ 'ਤੇ ਅਤੇ ਡਾਕਟਰ ਸਾਹਿਬ ਜਵਾਬ ਦਿੰਦੇ। ਡਾਕਟਰ ਸਾਹਿਬ ਇਹ ਕਹਿੰਦੇ ਵੀ ਕੀ ਕਰਨਾ ਚਾਹੀਦਾ ਅਤੇ ਕਿੰਨੀ ਦੇਰ 'ਚ ਕਿੰਨਾ ਘੱਟ ਸਕਦਾ, ਕੀ ਕਿਵੇਂ ਫਰਕ ਪੈ ਸਕਦਾ ਮੋਟਾਪੇ ਨੂੰ? ਮੋਟਾਪਾ ਜਦੋਂ ਆਪਾਂ ਮੋਟਾਪੇ ਦੀ ਗੱਲ ਕਰਦੇ, ਦੇਖੋ ਮੋਟਾਪਾ 2 ਤਰ੍ਹਾਂ ਦਾ, ਇੱਕ ਤੇ ਜਨਰਲਾਈਜ਼ਡ ਓਬੈਸਿਟੀ ਕੀ ਬੰਦਾ ਕਹਿੰਦਾ ਮੇਰੇ ਸਾਰੇ ਸਰੀਰ ਦਾ ਭਾਰ ਵਧਿਆ, ਵੇਟ ਓਬੈਸਿਟੀ ਹੈ। ਇੱਕ ਹੈ ਜਿਸ ਤਰ੍ਹਾਂ ਕਰਨੀ ਕਿ ਮੇਰਾ ਪੇਟ ਨਿਕਲਿਆ ਹੈ, ਜਦੋਂ ਇੱਕ ਪਰਟੀਕੁਲਰ ਔਰਗਨ ਦਾ ਫੈਟ ਜਿਹੜਾ ਵੱਧ ਜਾਂਦਾ, ਉਦੋਂ ਸਾਨੂੰ ਦਵਾਈ ਦੇ ਨਾਲ ਨਾਲ ਕੁਛ ਖਾਸ ਐਕਸਰਸਾਈਜ਼ ਗਾਈਡ ਕਰਨੀਆਂ ਪੈਂਦੀਆਂ ਨੇ, ਕਿਉਂਕਿ ਆਪਾਂ ਇੱਕ ਪਰਟੀਕੁਲਰ ਔਰਗਨ 'ਤੇ ਟਾਰਗੇਟ ਕਰਨਾ ਵਾ, ਉਹ ਇਹਨਾਂ ਨੂੰ ਇਹ ਸਾਡੇ ਕੋਲ ਇਲਾਜ ਸ਼ੁਰੂ ਕਰਨ ਜਾਂ ਨਾ ਕਰਨ, ਸਾਡੇ ਜਿਹੜੇ ਯੋਗਾ ਐਕਸਪਰਟ ਨੇ ਫ੍ਰੀ ਆਫ ਕੋਸਟ ਇਹਨਾਂ ਨੂੰ ਗਾਈਡ ਕਰ ਦੇਣਗੇ, ਇਹਨਾਂ ਨੂੰ ਕਾਲ ਵੀ ਆ ਜਾਏਗੀ, ਔਰ ਐਬਸੋਲੂਟਲੀ ਫ੍ਰੀ ਆਫ ਕੋਸਟ ਤੁਹਾਨੂੰ ਗਾਈਡ ਵੀ ਕਰਾਂਗੇ ਜੀ ਕਿ ਕਿਹੜੀਆਂ ਖਾਸ ਯੋਗਾ ਦੀਆਂ ਪ੍ਰਾਣਾਯਾਮ ਜਿਹੜੀਆਂ ਤੁਸੀਂ ਕਰਨੀਆਂ ਨੇ। ਜਿੱਥੋਂ ਤੱਕ ਦਵਾਈ ਦਾ ਸਵਾਲ ਹੈ, ਅਗਰ ਆਪਾਂ ਬਿਨਾਂ ਸਾਈਡ ਇਫੈਕਟਸ ਤੋਂ ਗੱਲ ਕਰੀਏ ਤਾਂ ਅਪਰੋਕਸੀਮੇਟਲੀ 3-4 ਕੇਜਿਸ, 3-4 ਕਿਲੋ ਤੱਕ ਇੱਕ ਬੰਦਾ
बिना किसी साइड इफेक्ट तो मेडिकेशनस के नाल अपना वेट जिहड़ा वा घटा सकता हुंदा वा और मेडिसिन आप बेसिकली आयुर्वेद यूज करते हाँ स्रोता विरोध दूर करने लिया हर्ब्स ऐसा हर्ब्स जिहड़ियां बॉडी के माइक्रो चैनल्स की ब्लॉकेज दूर करन बेसल मैटाबोलिक रेट नूं इंप्रूव करन ताकि नैचुरली जिहड़ा वेट है वह घटना शुरू हो जाए बिना साइड इफेक्ट जी। डॉक्टर साहब ब्रेक अपनी बहुत अगे लंघ गई ब्रेक लैनी पैनी है तुम इस तरह साढ़े जुड़े रहो जी तो फिर ब्रेक तो बाद फिर असं कॉल भी लवेंगे साडे दर्शकों दी तो नाल असी गलबात भी होर करांगे साडे दर्शक भी कॉल करके कोई भी सवाल हैगा उन्होंने जहन दे विच सेहत नाल संबंधी तो डॉक्टर साहब नूं कर सकते हो। फिलहाल ब्रेक लैंदे हां देखदे रहो जस पंजाबी। हाजिर जी एक बार फिर प्रोग्राम जिहड़ा अज्ज दा चल रहा जी वो सेहत नाल संबंधी गल्लां बातां कर रहे हैं। डॉक्टर नवदीप शर्मा साढ़े नाल जुड़े हुए ने स्काइप के उपर और तुहाडे काफ़ी फोन आए सीगे भी वो क्यों नहीं आउंदे हुण उम्मीद करदे वी आउण वाले समय तो लगातार ਸਾਡੇ ਸਵਾਲਾਂ ਜਵਾਬ ਦੇਣਗੇ ਕਿਉਂਕਿ ਜੇ ਸਿਹਤ ਸਾਡੀ ਹੈਗੀ ਆ ਤਾਂ ਸਾਰਾ ਕੁਝ ਹੀ ਹੈਗਾ ਸਿਹਤ ਨਹੀਂ ਹੈ ਤਾਂ ਫਿਰ ਕੁਛ ਵੀ ਚੰਗਾ ਨਹੀਂ ਲੱਗਦਾ ਸਾਨੂੰ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਜੀ ਅਤੇ ਨਾਲ ਦੀ ਨਾਲ ਅਸੀਂ ਕਾਲਾਂ ਦੋ ਤਿੰਨ ਡਰੋਪ ਵੀ ਹੋ ਗਈਆਂ ਇੱਕ ਰਾਜਕੁਮਾਰ ਸਾਹਿਬ ਦੀ ਕਾਲ ਹੈਗੀ ਹੈ ਜੀ ਉਹ ਲੈ ਲਈਏ ਅਤੇ ਹਾਂਜੀ ਰਾਜਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ? ਠੀਕ ਠਾਕ ਜਾਣੀ ਬਿਲਕੁਲ ਬਾਕੀ ਉਹ ਦੱਸਦੇ ਮੈਨੂੰ ਕੋਈ ਇਲਾਜ ਕਾਹਦਾ ਜੀ ਰਾਜਕੁਮਾਰ ਸਾਹਿਬ ਦੀ ਤੇ ਪੇਨ ਕੀ ਹੁੰਦਾ ਜੀ? ਅਕਸਰ ਸੁਣਿਆ ਮੈਂ ਲੇਡੀਜ਼ ਦੇ ਵਿੱਚ ਵੀ ਕਾਫੀ ਪ੍ਰੋਬਲਮ ਹੁੰਦੀ ਹੈ ਤੇ ਪੇਨ ਹੁੰਦੀ ਹੈ ਜੀ ਉਹ ਮਤਲਬ ਸਾਰੇ ਬੋਡੀ ਦੇ ਪਿੰਜੜੀਆਂ 'ਚ ਪੇਨ ਹੋਈ ਜਾਂਦੀ ਹੈ ਜੀ ਹੱਥਾਂ ਬਾਹਾਂ 'ਚ ਇੱਥੇ ਇਸ ਜਗ੍ਹਾ ਹੁੰਦੀ ਹੈ ਜੀ ਅਤੇ ਇਹ ਕੀ ਕਾਰਨ ਹੁੰਦਾ ਇਹਦਾ? ਦੇਖੋ ਆਯੁਰਵੇਦ ਮੰਨਦਾ ਹੈ ਵਾਯੂ ਕਰਕੇ ਇਹ ਪੇਨ ਹੁੰਦੀ ਹੈ। ਆਯੁਰਵੇਦ ਵਾਤ ਪਿੱਤ ਕਫ ਨਾਲ ਚੱਲਦਾ ਵਾ ਔਰ ਵਾਯੂ ਕਰਕੇ ਇਹ ਪੇਨ ਹੁੰਦੀ ਹੈ ਇਹ ਆਯੁਰਵੇਦ ਮੰਨਦਾ ਵਾ। ਬੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਆਪਾਂ ਇਸ ਕਰਕੇ ਛੱਡ ਦਿੰਦੇ ਜੀ ਗਰਮ ਹੋਣਗੀਆਂ, ਜਿਹਨਾਂ 'ਚੋਂ ਸਭ ਤੋਂ ਵਧੀਆ ਸੁੰਡ, ਚਾਹੇ ਸੁੰਡ ਆਪਾਂ ਗੁੜ 'ਚ ਬਣਾ ਕੇ ਖਾਈਏ, ਚਾਹੇ ਸੁੰਡ ਆਪਾਂ ਸਬਜ਼ੀ 'ਚ ਵੱਧ ਪਾਈਏ ਅਤੇ ਚਾਹੇ ਸੁੰਡ ਆਪਾਂ ਗਰਮ ਪਾਣੀ ਨਾਲ ਥੋੜ੍ਹੀ ਜਿਹੀ ਖਾ ਲਈਏ। ਹਾਂ, ਜਿਹਦਾ ਸਰੀਰ ਬਹੁਤ ਗਰਮੀ ਖੋਰਾ ਉਹ ਇਕੱਲੀ ਨਾ ਖਾਏ, ਉਹ ਕਿਸੇ ਨਾ ਕਿਸੇ ਚੀਜ਼ ਦੇ ਨਾਲ ਹੀ ਖਾਏ ਜੀ। ਆਪਣੇ ਆਪ 'ਚ ਅਗਰ ਥੋੜ੍ਹੀ ਥੋੜ੍ਹੀ ਕੁਆਂਟਿਟੀ 'ਚ ਲਿੱਤੀ ਜਾਏ, ਕਿਉਂਕਿ ਸਾਡੀ ਆਦਤ ਕੀ ਹੁੰਦੀ ਕਿ ਆਪਾਂ ਜਦੋਂ ਖਾਂਦੇ ਹਾਂ ਨਾ ਇਹਨੂੰ ਤੇ ਜੇ ਆਪਾਂ ਗੁੜ 'ਚ ਬਣਾ ਲਈ ਸਾਨੂੰ ਸਵਾਦ ਲੱਗਦੀ ਵੀ ਤੇ ਆਪਾਂ ਕਿੰਨੀ ਖਾ ਜਾਣੀ, ਆਪਾਂ ਇਹ ਨਹੀਂ ਸੋਚਣਾ ਕਿ ਵੀ ਇਹ ਖਾਣੀ ਹੈ ਦਵਾਈ ਦੇ ਤੌਰ ਦੇ ਉੱਪਰ ਜੀ, ਤੇ ਕਦੀ ਗਰਮੀ ਨਹੀਂ ਕਰੇਗੀ। ਔਰ ਅਗਰ ਲਗਾਤਾਰ ਆਪਾਂ ਇਹਨੂੰ ਖਾਂਦੇ ਹਾਂ ਸੁੰਡ ਨੂੰ ਨਾਲ ਅਜਵਾਇਣ ਪਾ ਲੈਂਦੇ ਹਾਂ ਵਿੱਚ ਥੋੜ੍ਹੀ ਤੇ ਇਹ ਛੋਟੀਆਂ ਮੋਟੀਆਂ ਦਰਦਾਂ ਤੇ ਆਪੇ ਨਿਕਲ ਜਾਂਦੀਆਂ ਨੇ, ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ। ਸੁੰਡ ਨੂੰ ਸ਼ਾਸਤਰਾਂ 'ਚ ਨਾਗਰ ਕਿਹਾ ਗਿਆ, ਨਾਗਰ, ਔਰ ਆਚਾਰਿਆ ਚਰਕ ਨੇ ਕਿਹਾ ਕਿ ਨਾਗਰ ਜਿਹੜਾ ਵਾ ਉਹ ਸ਼੍ਰੇਸ਼ਟ ਹੈ ਕਿਸੇ ਵੀ ਪ੍ਰਕਾਰ ਦੀ ਦਰਦ ਵਾਸਤੇ। ਤੇ ਸੁੰਡ ਤਾਂ ਬੜੀ ਵਧੀਆ ਚੀਜ਼ ਹੈ, ਸਾਡੀ ਕਿਚਨ 'ਚ ਦੇਖੋ ਪਈ ਹੈ ਤੇ ਆਪਾਂ ਪਰਵਾਹ ਨਹੀਂ ਕਰਦੇ ਸੁੰਡ ਦੀ। ਸੁੰਡ ਅਗਰ ਆਪਾਂ ਸ਼ੁਰੂ ਕਰ ਲਈਏ ਤੇ ਬਹੁਤ ਘੱਟ ਪੇਨ ਕਿਲਰਸ ਦੀ ਲੋੜ ਪਏਗੀ। ਰਾਜਕੁਮਾਰ ਜੀ ਨੂੰ ਵੀ ਚਾਹੀਦਾ ਕਿ ਸੁੰਡ ਤੇ ਅਜਵਾਇਣ ਇਹ ਗੁੜ 'ਚ ਬਣਾ ਲੈਣ, ਦੇਸੀ ਗੁੜ 'ਚ ਬਣਾ ਕੇ ਤੇ ਰੋਜ਼ ਹੀ ਬਿਨ ਨਾਗਾ ਥੋੜ੍ਹੀ ਖਾਣੀ ਸ਼ੁਰੂ ਕਰਨ। ਜਦੋਂ 15 ਜਾਂ 20 ਦਿਨ ਹੋ ਜਾਣਗੇ ਨਾ ਖਾਂਦੇ ਹੋਏ, ਫਿਰ ਦਰਦ 'ਚ ਇਹਨਾਂ ਨੂੰ ਹਲਕਾ ਹਲਕਾ ਫਰਕ ਪੈਣਾ ਸ਼ੁਰੂ ਹੋਏਗਾ ਜੀ। ਕਈ ਵਾਰੀ ਅਸੀਂ ਇਹ ਮਹਿਸੂਸ ਕਰਦੇ ਹਾਂ ਜੀ ਇੱਕਦਮ ਫਰਕ ਨਹੀਂ ਪਿਆ, 4 ਦਿਨ ਖਾਧੀ ਦਵਾਈ ਕੋਈ ਵੀ ਹੈਗੀ ਆ, ਹਫ਼ਤਾ ਖਾਧੀ, 10 ਦਿਨ ਖਾਧੀ ਅਤੇ ਫਿਰ ਉਦੋਂ ਬਾਅਦ ਕਹਿੰਦੇ ਜੀ ਫਰਕ ਤੋਂ ਕੋਈ ਪਿਆਰ ਹੀ ਛੱਡ ਦਿੰਦੇ ਅਸੀਂ। ਅਤੇ ਬਿਲਕੁਲ ਜੀ ਲਗਾਤਾਰ ਬਿਲਕੁਲ ਆਯੁਰਵੇਦ ਜਿਹੜੀ ਹੈਗੀ ਜੀ ਇਹਦੇ 'ਚ ਤਾਂ ਮੇਰੇ ਖਿਆਲ ਥੋੜ੍ਹਾ ਸਬਰ ਰੱਖਣਾ ਪੈਂਦਾ, ਠੀਕ ਹੋ ਜਾਂਦਾ, ਅਤੇ ਐਲੋਪੈਥੀ ਜਿਹੜੀ ਹੈਗੀ ਉਹਦੇ 'ਚ ਇਕਦਮ ਹੀ ਰਿਐਕਸ਼ਨ ਹੁੰਦਾ, ਇਹਦੇ ਥੋੜ੍ਹਾ ਸਮਾਂ ਲੱਗਦਾ। ਅੱਛਾ, ਅਸੀਂ ਡਾਕਟਰ ਸਾਹਿਬ ਗੱਲ ਜਿਹੜੀ ਸ਼ੁਰੂ ਕੀਤੀ ਸੀ ਉੱਥੇ ਹੀ ਫਿਰ ਆਉਂਦੇ ਹਾਂ, ਜਿਹੜੇ ਹੱਥ ਪੈਰ ਕੰਬਦੇ ਹੈਗੇ ਨੇ ਅਤੇ ਇਹਦੇ ਤੁਸੀਂ ਦੱਸਿਆ ਵੀ ਜਿਵੇਂ ਜਿਵੇਂ ਏਜ ਵੱਧਦੀ ਹੈ ਉਵੇਂ ਹੀ ਹੁੰਦੇ ਆ ਜਾਂ ਯੰਗ ਏਜ ਦੇ ਵਿੱਚ ਵੀ ਇਹ ਪ੍ਰੋਬਲਮ ਆ ਸਕਦੀ? ਅੱਜ ਕੱਲ੍ਹ ਜਿਹੜਾ ਵਾ ਉਹ ਕੋਮਨਲੀ ਸਟ੍ਰੈਸ ਲੈਵਲ ਵਧਣ ਕਰਕੇ ਲੋਕਾਂ ਦਾ ਮੈਂ ਦੇਖਿਆ ਵਾ ਕਿ ਜਿਹੜੇ ਸਾਡੇ ਕੋਲ ਹੁਣ ਪੇਸ਼ੈਂਟਸ ਪਾਰਕਿੰਸਨਿਜ਼ਮ ਦੇ ਆ ਰਹੇ ਨੇ 38, 39 ਈਅਰਸ, 40, 42, ਹੁਣ ਯੰਗ ਏਜ ਦੇ ਵੀ ਕਾਫੀ ਆਉਣੇ ਸ਼ੁਰੂ ਹੋ ਗਏ ਨੇ। ਟੀਚਰਸ ਬੜੇ ਆ ਰਹੇ ਨੇ, ਟੀਚਿੰਗ ਪ੍ਰੋਫੈਸ਼ਨ 'ਚ ਸਟ੍ਰੈਸਿਸ ਰਹੇ ਪਿੱਛੇ, ਕਾਫੀ ਟੀਚਰਸ ਮੈਂ ਦੇਖੇ ਨੇ ਪਾਰਕਿੰਸਨਸ ਨਾਲ ਜੂਝ ਰਹੇ ਹੁੰਦੇ ਸੀ। ਤੁਸੀਂ ਪੁੱਛਿਆ ਸੀ ਨਾ ਕਿ ਮੇਲ ਅਤੇ ਫੀਮੇਲ 'ਚ ਕਿਹਦੇ 'ਚ ਜ਼ਿਆਦਾ ਵਾ, ਫੀਮੇਲ ਮੇਰੇ ਕੋਲ ਜ਼ਿਆਦਾ ਜਿਹੜੇ ਪਾਰਕਿੰਸਨਸ ਦੇ ਮੈਂ ਪੇਸ਼ੈਂਟ ਦੇਖਦਾ, ਹੁਣ ਟੀਚਰਸ ਦੇਖਦਾ ਵਾਂ ਟੀਚਿੰਗ ਸੈਕਟਰ 'ਚ, ਪ੍ਰੋਫੈਸਰਸ, ਅਤੇ ਅੱਜ ਕੱਲ੍ਹ ਯੰਗ ਏਜ 'ਚ ਵੀ ਪਾਰਕਿੰਸਨਸ ਜਿਹੜਾ ਵਾ ਉਹ ਕੋਮਨ ਹੋਣਾ ਸ਼ੁਰੂ ਹੋ ਗਿਆ ਵਾ। ਨਿਊਰੋ ਟਰਾਂਸਮਿਟਰ ਘੱਟ ਰਿਹਾ, ਜਿਹਦਾ ਇੱਕ ਬੜਾ ਮੇਜਰ ਕਾਰਨ ਜਿਹੜਾ ਮੈਂ ਓਬਜ਼ਰਵ ਕੀਤਾ ਉਹ ਕੀਤਾ ਵਾ ਓਇਲ ਦਾ ਸਾਡੀ ਬੋਡੀ 'ਚ ਆਪਾਂ ਘੱਟ ਲੈ ਰਹੇ ਹਾਂ। ਜਿੰਨਾ ਤੇਲ ਇੱਕ ਆਮ ਇਨਸਾਨ ਨੂੰ ਜਾਣਾ ਚਾਹੀਦਾ ਵਾ ਉਹ ਕੋਲੈਸਟਰੋਲ ਤੋਂ ਡਰਦਾ ਆ, ਉਹਨਾਂ ਤੇਲ ਹੀ ਨਹੀਂ ਲੈ ਰਿਹਾ ਜੀ। ਔਰ ਤੇਲ ਜਿਹੜਾ ਵਾ ਉਹ ਸਰੀਰ 'ਚ ਜ਼ਰੂਰੀ ਹੈ, ਸਾਡੇ ਨਰਵ ਸੈਲਸ ਦੀ ਜਿਹੜੀ ਮਾਈਲਿਨ ਸ਼ੀਥ ਹੈ ਬਾਹਰਲੀ ਉਹ ਕੋਲੈਸਟਰੋਲ ਦੀ ਬਣਦੀ ਹੈ, ਅਤੇ ਕੋਲੈਸਟਰੋਲ ਮਾੜਾ ਤਾਂ ਹੈ ਲੇਕਿਨ ਜੋ ਬਹੁਤ ਥੋੜ੍ਹੀ ਕੁਆਂਟਿਟੀ 'ਚ ਚਾਹੀਦਾ ਵਾ ਉਹ ਚਾਹੀਦਾ ਵੀ ਹੈ ਸਰੀਰ ਵਾਸਤੇ। ਆਪਾਂ ਬਿਲਕੁਲ ਹੀ ਉਹਨੂੰ ਦੁਸ਼ਮਣ ਮੰਨ ਕੇ ਬਹਿ ਗਏ ਹਾਂ
ਕਿ ਨਹੀਂ ਜੀ ਇਹ ਤਾਂ ਖਾ ਲਾਂਗੇ ਤਾਂ ਪਤਾ ਨਹੀਂ ਕੀ ਹੋ ਜਾਏਗਾ ਉਸ ਚੀਜ਼ ਦੇ ਅੰਦਰ। ਮੇਨ ਨੁਕਸਾਨ ਕਰਦਾ ਵਾ ਅਗਰ ਆਪਾਂ ਜੇ ਘਿਓ ਜਾਂ ਮੱਖਣ ਵੀ ਖਾ ਰਹੇ ਹਾਂ ਔਰ ਜਿੰਨਾ ਲਿਮਿਟਡ ਕੁਆਂਟਿਟੀ 'ਚ ਖਾ ਰਹੇ ਹਾਂ ਉਹਨੂੰ ਪਕਾ ਕੇ ਖਾ ਰਹੇ ਹਾਂ ਪ੍ਰੋਪਰ, ਉਹ ਓਨਾ ਨੁਕਸਾਨ ਨਹੀਂ ਕਰੇਗਾ। ਨੁਕਸਾਨ ਉਦੋਂ ਕਰਦਾ ਵਾ ਜਦੋਂ ਆਪਾਂ ਉਹਨੂੰ ਉੱਪਰ ਪਾ ਲੈਂਦੇ ਹਾਂ ਬੜਾ ਇਹਦਾ, ਐਕਸਟਰਾ ਕੁਆਂਟਿਟੀ 'ਚ ਪਾ ਲੈਂਦੇ ਹਾਂ। ਓਵਰ ਈਟਿੰਗ ਤਾਂ ਦੇਖੋ ਕੋਈ ਵੀ ਚੀਜ਼ ਖਾ ਲਵਾਂਗੇ ਵੱਧ ਤਾਂ ਉਹ ਨੁਕਸਾਨ ਕਰੇਗੀ। ਕੋਲੈਸਟਰੋਲ ਇੱਕ ਲਿਮਿਟ 'ਚ ਸਾਡੀ ਬੋਡੀ ਵਾਸਤੇ ਜ਼ਰੂਰੀ ਹੈ ਅਗਰ ਆਪਾਂ ਨਿਊਰੋਜੈਨਿਕ ਪ੍ਰੋਬਲਮਸ ਤੋਂ ਬਚਣਾ ਚਾਹੁੰਦੇ ਹਾਂ। ਇਸ ਕਰਕੇ ਤੁਹਾਡੇ 'ਚੋਂ ਕੋਈ ਵੀ ਜਾਣਨਾ ਚਾਹੁੰਦਾ ਹੋਏ ਕਿ ਮੇਰੇ ਵਾਸਤੇ ਮੇਰੀ ਏਜ ਦੇ ਹਿਸਾਬ ਨਾਲ ਕੋਲੈਸਟਰੋਲ ਕਿੰਨਾ ਚਾਹੀਦਾ ਹੈ, ਤੁਸੀਂ ਹੈਲਪਲਾਈਨ ਨੰਬਰਸ 'ਤੇ ਕਾਲ ਕਰੋ। ਆਪਾਂ ਕੋਈ ਚਾਰਜਿਸ ਨਹੀਂ ਲਾਂਗੇ, ਮੇਰੇ ਜਿਹੜੇ ਡਾਇਟੀਸ਼ੀਅਨਸ ਹੋਣਗੇ ਤੁਹਾਨੂੰ ਗਾਈਡ ਕਰ ਦੇਣਗੇ ਕਿ ਤੁਹਾਡੇ ਵਾਸਤੇ ਇੰਨਾ ਕੁ ਕੋਲੈਸਟਰੋਲ ਜ਼ਰੂਰੀ ਹੈ ਜੀ। ਤੁਸੀਂ ਉਹ ਕੋਸ਼ਿਸ਼ ਕਰੋ ਕਿ ਆਪਣੀ ਜੀਵਨ ਸ਼ੈਲੀ 'ਚ ਸ਼ਾਮਿਲ ਜ਼ਰੂਰ ਕਰੋ ਜੀ। ਅਤੇ ਇੱਕ ਜਿਹੜੀ ਬਹੁਤ ਜ਼ਿਆਦਾ ਏਜ ਹੋ ਜਾਂਦੀ ਕਈ ਬਜ਼ੁਰਗਾਂ ਦੀ, ਅਤੇ ਉਹ ਕਹਿੰਦੇ ਵੀ ਨਹੀਂ ਨਹੀਂ ਹੁਣ ਤੱਕ ਕੀ ਠੀਕ ਹੋਣਾ, ਉਹ ਬਾਹਲੀ ਕੇਅਰ ਹੀ ਨਹੀਂ ਕਰਦੇ। ਅਤੇ ਜਿੱਦਾਂ ਬਹੁਤ ਜ਼ਿਆਦਾ ਤੋਂ ਭਾਵ ਮੈਂ 90+ ਦੀ ਗੱਲ ਕਰਦਾ, 94-96 ਅਤੇ ਸਾਡੇ ਉੱਥੇ ਬਜ਼ੁਰਗ ਹੈਗੇ ਨੇ ਕਈ, ਅਤੇ ਉਸ ਏਜ ਦੇ ਵਿੱਚ ਵੀ ਇਹ ਠੀਕ ਹੋ ਸਕਦੀ ਪ੍ਰੋਬਲਮ ਜਾਂ ਨਹੀਂ? ਬਿਲਕੁਲ ਹੋ ਸਕਦੀ। ਦੇਖੋ ਜੀ, ਆਯੁਰਵੇਦ 'ਤੇ ਇਹ ਮੰਨਦਾ ਵਾ ਕਿ ਵਿਰਧਾ ਅਵਸਥਾ ਜਿਹੜੀ ਹੈ ਉਹ ਸ਼ੁਰੂ ਹੀ ਜਿਹੜੀ ਹੈ ਉਹ 70 ਈਅਰਸ ਤੋਂ ਹੁੰਦੀ ਹੈ। ਅੱਛਾ। ਔਰ ਤੁਸੀਂ ਦੇਖੋ ਪੁਰਾਣੇ ਟਾਈਮ ਦੇ ਉੱਪਰ ਤਾਂ ਰਿਸ਼ੀ ਮੁਨੀ ਜਿਹੜੇ ਰਹੇ ਨੇ ਉਹ ਕਈ ਕਈ ਸਾਲਾਂ ਤੱਕ, ਕਿੰਨਾ ਆਪਾਂ ਉਹਨਾਂ ਦੀ ਕਹਾਣੀਆਂ ਸੁਣਦੇ ਹਾਂ, ਕਿੰਨੇ ਤੰਦਰੁਸਤੀ। ਈਵਨ ਅਗਰ ਆਪਾਂ ਆਪਣੀ ਹਿਸਟਰੀ 'ਚ ਚਲੇ ਜਾਈਏ, ਜਿਹੜੇ ਸਾਡੇ ਯੋਧਾਜ਼ ਰਹੇ ਨੇ ਸਾਰੇ, ਜਿਹੜੇ ਇੰਨੇ ਇੰਨੇ ਆਪਾਂ ਦੇਖਦੇ ਹਾਂ ਲੜਾਈਆਂ ਤੱਕ ਲੜ ਲੈਂਦੇ ਸੀ ਅਗਲੇ ਜਾ ਕੇ, ਕਿੰਨੀ ਕਿੰਨੀ ਐਡਵਾਂਸ ਏਜ 'ਚ। ਅਤੇ ਇੱਕ ਮਨ ਦਾ ਸਿਰਫ ਸੋਚ ਹੈ, 90 ਸਾਲ ਦੀ ਏਜ ਹੋਏ, ਮੈਂ ਕਹਿੰਦਾ 95 ਸਾਲ ਦੀ ਏਜ ਹੋਏ, ਪ੍ਰੋਪਰ ਆਯੁਰਵੇਦ ਦਾ ਸੇਵਨ ਕੀਤਾ ਜਾਏ ਤੇ ਆਪਾਂ ਬਿਲਕੁਲ ਤੰਦਰੁਸਤ ਰੱਖ ਸਕਦੇ ਹਾਂ ਆਪਣੇ ਆਪ ਨੂੰ। ਕਿਉਂਕਿ ਦੇਖੋ, ਜਿੰਨੇ ਵੀ ਉਸ ਮਾਲਕ ਨੇ ਸ਼ਵਾਸ ਬਖਸ਼ੇ ਨੇ, ਉਹ ਸ਼ਵਾਸ ਆਪਾਂ ਆਪਣੇ ਸਰੀਰ ਦੀ ਕੇਅਰ ਕਰਦੇ ਹੋਏ ਜੀਏ। ਸਰੀਰ ਬਹੁਤ ਜ਼ਿਆਦਾ ਬਣੇ, ਸਰੀਰ ਤਾਂ ਸਾਡੇ ਵਾਸਤੇ ਇੱਕ ਐਸੈਟ ਹੈ ਜਿਹਦੇ ਨਾਲ ਆਪਾਂ ਹਰ ਸੁੱਖ ਮਾਣ ਸਕਦੇ ਹਾਂ। ਸਰੀਰ ਦੀ ਕੇਅਰ ਕਿਸੇ ਵੀ ਏਜ 'ਚ ਕਰਨੀ ਚਾਹੀਦੀ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਇੱਕ ਬ੍ਰੇਕ ਛੋਟੀ ਜਿਹੀ ਹੋਰ ਲੈਣੀ ਪੈਗੀ, ਅਤੇ ਉਸ ਤੋਂ ਬਾਅਦ ਫਿਰ ਥੋੜ੍ਹਾ ਸਮਾਂ ਜਿੰਨਾ ਹੀ ਬਚਿਆ ਕੁਛ ਗੱਲਬਾਤ ਕਰਾਂਗੇ ਜਾਂ ਕਾਲਾ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਦਰਸ਼ਕ ਵੀ ਨਾਲ ਇਸ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਅਤੇ ਹੋਰ ਗੱਲਬਾਤ ਨੂੰ ਅੱਗੇ ਤੋਰਾਂਗੇ ਜਿੰਨਾ ਵੀ ਸਮਾਂ ਬਚਿਆ। ਸਮੇਂ ਦਾ ਪਤਾ ਨਹੀਂ ਲੱਗੇ, ਸਮਾਂ ਭੱਜਿਆ ਹੀ ਜਾਂਦਾ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਅਖੀਰ ਦੇ ਵਿੱਚ ਅਸੀਂ ਇੱਕ ਅੱਧੀ ਕਾਲ ਵੀ ਲੈ ਲਈਏ ਅਤੇ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰ ਲਈਏ। ਜੀ ਡਾਕਟਰ ਸਾਹਿਬ, ਆਪਾਂ ਕਾਲ ਇੱਕ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਵਾਈਡ ਅਪ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 281 ਏਰੀਆ ਕੋਡ। ਜੀ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਜੀ ਬਈ, ਪਲੀਜ਼ ਇੱਕ ਵਾਰੀ ਰਿਪੀਟ ਕਰ ਦਿਓ ਕਿ ਕਾਰਬੀ ਡੋਪਾ ਲੋਪਾ ਦੀ ਮੈਡੀਸਨ ਨੂੰ ਰਿਪਲੇਸ ਕਰਨ ਵਾਸਤੇ ਕੀ ਚਾਹੀਦਾ ਹੈ? ਬਿਲਕੁਲ ਜੀ, ਦੇਖੋ ਸਭ ਤੋਂ ਤੁਸੀਂ ਪੇਠਾ ਤੇ ਹੋਰ ਕੀ ਚੀਜ਼ਾਂ ਇਨਕਲੂਡ ਕਰਨੀ ਹੈ ਡਾਇਟ 'ਚ? ਬਦਾਮ ਰੋਗਨ ਆਪਾਂ ਨੋਸ 'ਚ ਜ਼ਰੂਰ ਪਾਉਣਾ ਵਾ, ਬਦਾਮ ਰੋਗਨ ਆਪਾਂ ਦੁੱਧ 'ਚ ਵੀ ਲੈ ਸਕਦੇ ਹਾਂ, ਵਾਲਨਟ ਬਹੁਤ ਚੰਗਾ ਵਾ। ਅਗਰ ਆਪਾਂ ਗੱਲ ਕਰੀਏ ਹਰਬਸ ਦੀ, ਮੈਂ ਕੁਛ ਕਾਮਨ ਹਰਬਸ ਹੁਣ ਤੇ ਆਪਾਂ ਲੈਣੀ ਹੀ ਹੈ, ਮੈਂ ਹਰਬਸ ਦੀ ਤੁਹਾਨੂੰ ਨਾਲ ਦੱਸਣਾ ਚਾਹਾਂਗਾ। ਇੱਕ ਹਰਬ ਆਉਂਦੀ ਹੈ ਜਿਹਨੂੰ ਕਹਿੰਦੇ ਆ ਕੌਂਚ, ਕੌਂਚ ਜਿਹੜਾ ਵਾ ਇਹਨੂੰ ਮਿਕਿਊਨਾ ਕਹਿੰਦੇ ਆ। ਮਿਕਿਊਨਾ ਪੂਰੇ ਵਰਲਡ 'ਚ ਅਵੇਲੇਬਲ ਹੈ, US 'ਚ ਵੀ ਅਵੇਲੇਬਲ ਹੈ। ਨੈਚੁਰਲ ਡੋਪਾਮੀਨ ਬੋਡੀ ਦੇ ਅੰਦਰ ਜਿਹੜਾ ਵਾ ਇਹ ਦੇ ਦਿੰਦਾ ਵਾ, ਕਿਉਂਕਿ ਇਟਸ ਅ ਵੈਰੀ ਗੁੱਡ ਸੋਰਸ ਆਫ ਡੋਪਾਮੀਨ, ਜਿਹਦੇ ਨਾਲ ਤੁਸੀਂ ਲਿਵੋਡੋਪਾ ਜਿਹੜਾ ਵਾ ਉਹਨੂੰ ਰਿਪਲੇਸ ਕਰ ਸਕਦੇ ਹੋ। ਐਂਡ ਅ ਵੈਰੀ ਕਾਮਨ ਹਰਬ ਜਿਹੜੀ ਅੱਜ ਕੱਲ੍ਹ ਬਹੁਤ ਚੱਲ ਰਹੀ ਹੈ, ਦੈਟ ਇਜ਼ ਅਸ਼ਵਗੰਧਾ। ਅਸ਼ਵਗੰਧਾ ਪਾਮ ਸੁਣਦੇ ਹਾਂ, ਅਸ਼ਵਗੰਧਾ ਅਗੇਨ ਪ੍ਰੋਵਾਈਡਸ ਨੈਚੁਰਲ ਨਿਊਰੋ ਟਰਾਂਸਮਿਟਰਸ, ਅਤੇ ਤੁਸੀਂ ਆਪਣੀ ਲਾਈਫ 'ਚ ਐਡ ਕਰੋ। ਤੁਸੀਂ ਡੈਫੀਨੇਟਲੀ ਜੇ ਅੱਜ ਇਹਨੂੰ ਸ਼ੁਰੂ ਕਰੋਗੇ ਇਹਨਾਂ ਚੀਜ਼ਾਂ ਨੂੰ, 3rd month ਔਨਵਰਡਸ ਤੁਸੀਂ ਟੇਪਰਿੰਗ ਡਾਊਨ ਸਟਾਰਟ ਕਰ ਸਕਦੇ ਹੋ ਆਪਣੀ ਲੇਵੋਡੋਪਾ ਕਾਰਬੀਡੋਪਾ ਇਹਦੀ ਡੋਜ਼ਿਸ ਦੀ। ਜੀ, ਅਤੇ ਬਹੁਤ ਵਧੀਆ ਜੀ ਡਾਕਟਰ ਸਾਹਿਬ। ਬਾਕੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ, ਫੋਨ ਕਰਕੇ ਡਾਕਟਰ ਸਾਹਿਬ ਦੇ ਉੱਥੋਂ ਸਲਾਹ ਲੈ ਸਕਦੇ ਹੋ, ਜਾਂ ਉੱਥੋਂ ਵੀ ਤੁਹਾਨੂੰ ਫੋਨ ਆ ਸਕਦਾ ਅਤੇ ਜ਼ਰੂਰ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਅਤੇ ਡਾਕਟਰ ਸਾਹਿਬ, ਪ੍ਰੋਗਰਾਮ ਦਾ ਆਪਣਾ ਸਮਾਂ ਖਤਮ ਹੈ, ਅਤੇ ਫਿਰ ਵੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਦੇਖੋ ਜੀ, ਮੈਂ ਇਹੀ ਕਹਿਣਾ ਚਾਹਾਂਗਾ ਕਿ ਆਯੁਰਵੇਦ ਤੁਸੀਂ ਅਪਣਾ ਵੀ ਰਹੇ ਹੋ, ਸਹੀ ਆਯੁਰਵੇਦ ਅਪਣਾਓ, ਪਿਆਰ ਦੇ ਨਾਲ ਆਯੁਰਵੇਦ ਦਾ ਪਾਲਣ ਕਰੋ, ਥੋੜ੍ਹਾ ਜਿਹਾ ਸਮੇਂ ਆਯੁਰਵੇਦ ਨੂੰ ਦਿਓ। ਆਯੁਰਵੇਦ ਕਦੀ ਵੀ ਤੁਹਾਨੂੰ ਨਿਰਾਸ਼ ਨਹੀਂ ਕਰੇਗਾ, ਤੁਹਾਡੀ ਆਪਣੀ ਪੈਥੀ ਹੈ ਜੀ। ਜੀ, ਮਤਲਬ ਇਹ ਹੈ ਵੀ ਥੋੜ੍ਹਾ ਸਬਰਤਾ ਰੱਖਣਾ ਪਏਗਾ ਪ੍ਰੋਪਰ, ਅਤੇ ਪਰਹੇਜ਼, ਪਰਹੇਜ਼ ਕਿੰਨਾ ਕੁ ਜ਼ਰੂਰੀ ਹੁੰਦਾ ਜੀ ਆਯੁਰਵੇਦ ਦੇ ਵਿੱਚ? ਬਹੁਤ ਜ਼ਰੂਰੀ ਹੈ ਜੀ ਆਯੁਰਵੇਦ 'ਚ, ਤਾਂ ਕਿਹਾ ਜਾਂਦਾ ਜਿਹੜਾ ਪਰਹੇਜ਼ ਕਰੇ ਉਹਨੂੰ ਕਿਸੇ ਦਵਾਈ ਦੀ ਲੋੜ ਨਹੀਂ, ਜਿਹੜਾ ਪਰਹੇਜ਼ ਨਾ ਕਰੇ ਉਹਨੂੰ ਵੀ ਕਿਸੇ ਦਵਾਈ ਦੀ ਲੋੜ ਨਹੀਂ ਹੈ, ਅਤੇ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਜੀ। ਬਹੁਤ ਵਧੀਆ, ਬਹੁਤ ਵਧੀਆ। ਚਲੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ, ਅਤੇ ਫਿਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਜਾਣਕਾਰੀ ਤੁਹਾਡੇ ਕੋਲ ਹਾਸਿਲ ਕਰਾਂਗੇ ਸਿਹਤ ਬਾਰੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ।
ਡਾਕਟਰ ਨਵਦੀਪ ਸ਼ਰਮਾ ਜੀ ਸਾਡੇ ਨਾਲ ਜੁੜੇ ਸੀਗੇ ਅਤੇ ਉਮੀਦ ਹੈ ਵੀ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਸਾਡੇ ਨਾਲ ਜੁੜਿਆ ਕਰਨਗੇ, ਤੁਹਾਡੇ ਸਵਾਲਾਂ ਜਵਾਬ ਦਿਆ ਕਰਨਗੇ ਅਤੇ ਬਾਕੀ ਉਹਨਾਂ ਦਾ ਨੰਬਰ ਸਕਰੀਨ 'ਤੇ ਆ ਰਿਹਾ ਹੋਏਗਾ ਅਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਕੋਈ ਵੀ ਸਵਾਲ ਹੈਗਾ ਉਹਦਾ ਜਵਾਬ ਲੈ ਸਕਦੇ ਹੋ। ਇਹਦਾ ਮਤਲਬ ਇੱਦਾਂ ਗੱਲਬਾਤ ਕਰਨ ਦਾ ਕੋਈ ਪੈਸਾ ਨਹੀਂ ਲੈਂਦੇ, ਜੇ ਤੁਸੀਂ ਦਵਾਈ ਮੰਗਵਾਓ ਤਾਂ ਫਿਰ ਜ਼ਰੂਰ ਜੋ ਜਾਇਜ਼ ਹੈ ਉਹਦਾ ਉਹ ਰੇਟ ਲੈਣ ਦੀ ਕੋਸ਼ਿਸ਼ ਕਰਨਗੇ। ਸੋ ਬਾਕੀ ਉਮੀਦ ਕਰਦਾ ਇਹਦੀ ਜਾਣਕਾਰੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com, ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 2094503362 ਕਿਤੇ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਲਈ। ਖਬਰਸਾਰ ਵਾਸਤੇ ਕੋਈ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੈ, ਕੋਈ ਐਡ ਦੇਣੀ ਹੈ, ਕੋਈ ਕਮਿਊਨਿਟੀ ਦੀ ਖਬਰਸਾਰ ਹੋਵੇ ਜਾਂ ਕੋਈ ਹੋਰ ਗੱਲਬਾਤ, ਤਾਂ ਕਾਲ ਕਰ ਸਕਦੇ ਹੋ ਮੈਨੂੰ ਅਤੇ ਮੈਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰੂੰਗਾ। ਨਹੀਂ ਤਾਂ ਅਸੀਂ ਕੋਸ਼ਿਸ਼ ਕਰੀਦੀ ਆ ਕਿ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜ ਦਿਓ ਅਤੇ ਫਿਰ ਅਸੀਂ ਟੀਵੀ ਦੇ ਉੱਪਰ ਦਿਖਾ ਦੇ ਦਈਏ। ਹੁਣ ਮੈਨੂੰ ਦਿਓ ਆ ਗਿਆ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।